ਬਾਪੂ ਕਿਵੇਂ ਆ? ਠੀਕ ਆ ਬਾਪੂ। ਕੰਨੀ ਹਾਂ ਕਿਵੇਂ ਆ? ਠੀਕ ਆ। ਲੈ ਗਈ ਰਾਤ ਦੀ ਪੀਤੀ ਪੂਤੀ ਵੀ? ਆਪੇ ਉਤਰ ਜੂ, ਜੇ ਲੈ ਗਏ ਤੇ ਫਿਰ ਫਿਰੂੰਗਾ ਮੈਂ। ਪੀਣੀ ਕਾਹਦੀ ਖਾਤਰ ਬਾਈ? ਖੇਤ ਆ ਜੀ, ਖੇਤ ਨਾ ਕੰਮ ਵਾਲਾ ਇੱਕ ਹੈ ਇਕੱਲਾ ਮੈਂ ਉੱਥੇ, ਤੇ ਦਿਹਾੜਾ ਕੋਈ ਮਿਲਿਆ ਨਹੀਂ। ਦਿਹਾੜੀ ਤੂੰ ਕਰਨਾ ਜੀ? ਤੇ ਕੱਲ੍ਹ ਕਿੱਧਰ ਗਿਆ ਜੀ? ਦਿਹਾੜੀ ਪੁੱਛ ਕੇ ਰੱਖਣਾ ਸੀ ਬਾਈ। ਕੱਲ੍ਹ ਮੈਨੂੰ ਰਾਤ ਵੀ ਖੇਤੋਂ, ਤੈਨੂੰ ਪਤਾ ਉਦੋਂ ਤੂੰ ਸੁੱਤਾ ਪਿਆ ਸੀ, ਜਦੋਂ ਰਾਤ ਮੈਂ 9 ਵਜੇ ਖੇਤੋਂ ਆਇਆ। ਮੈਨੂੰ ਨਾ ਖੇਤ ਖੂਤ ਦਾ ਕੰਮ ਆ ਗਿਆ ਘਰ। ਬਾਈ ਮਿਹਨਤ ਵਾਲੀ ਗੱਲ ਆ, ਤੇਰੀ ਹੱਥ ਵਾਲਾ ਖੇਤ ਆ ਜੀ, ਨਹੀਂ ਇਕੱਲਾ ਰੁੱਝੀ ਜਾਊਂਗਾ ਉੱਥੇ ਮੈਂ, ਤੇ ਨਾ ਕੰਮ ਸਿਰੇ ਚੜੇ, ਫਿਰ ਐਵੇਂ 5-4 ਦਿਨ ਮੱਥਾ ਮਰੀ ਜਾਊਂਗਾ ਮੈਂ। ਦਿਹਾੜ ਗਿਆ, ਤੈਨੂੰ ਪਤਾ ਸੀ ਜਦੋਂ ਦਾ ਟਾਈਮ ਕੋਈ ਮਿਲਦਾ ਨਹੀਂ। ਸਹੀ ਗੱਲ ਆ, ਲੈ ਜੀ ਲੈ ਜੀ, ਇਹਨੇ ਸਾਰੀ ਜਿਹੜੀ ਗਲੀਆਂ ਜੀ ਗੇੜੇ ਖਾਣੇ ਆ ਗਏ, ਨਾਲ ਵਗ ਜਾਇਆ ਕਰ ਚੰਨੀ ਤੂੰ ਵੀ। ਚੱਲ ਮਗਰੋਂ ਆ ਜੀ ਕੋਈ ਨਾ। ਓਹੋ ਮਗਰੋਂ ਤਾਂ ਨਾਲ ਹੀ ਲੈ ਕੇ ਜਾਓ ਵੀਰ ਜੀ, ਤੁਸੀਂ ਨਾਲ ਹੀ ਲੈ ਜਾਂਦੇ, ਇਹਨਾਂ ਨੇ ਮਗਰੋਂ ਕਿੱਥੇ ਜਾਣਾ ਗਾ ਬਈ? ਆ ਭਾਸ਼ਣ ਦੇ ਲੱਗ ਗਈ ਸਵੇਰੇ ਸਵੇਰੇ। ਭਾਸ਼ਣ ਦੀ ਕੀ ਗੱਲ ਆ, ਮਾੜਾ ਮੋਟਾ ਤੁਸੀਂ ਅਕਲ ਨੂੰ ਹੱਥ ਮਾਰੋ। ਦੇਖੋ ਹੁਣ ਕੱਲਾ ਉਹਦੇ ਗੱਲ ਥੋੜੀ ਨਾ ਪਾਇਆ ਵੀਰੇ ਦੇ ਸਾਰਾ। ਬਾਪੂ ਜੀ ਤੁਸੀਂ ਮਾੜਾ ਮੋਟਾ ਕਹਿ ਦਿਹਾੜੀ ਰੱਖਿਆ ਸਾਰੇ, ਕਿਉਂ ਉਹਨੂੰ ਠੇਕਾ ਲਿੱਤਾ ਗਾ ਕੱਲੇ ਨੂੰ? ਤੇ ਹੋਰ ਬਾਪੂ ਜੀ ਤੁਸੀਂ ਕੁਝ ਕਹਿ ਦਿਆ ਕਰੋ ਨਾ, ਮਾੜਾ ਮੋਟਾ ਕੁਝ ਨਹੀਂ ਬੋਲਦੇ ਤੁਸੀਂ। ਉਹ ਕੀ ਬੋਲਾਂ ਭਾਈ, ਜਿਹੜੇ ਬੰਦੇ ਨੂੰ ਆਪ ਨੂੰ ਸ਼ਰਮ ਨਹੀਂ ਆਉਂਦੀ ਉਹ ਦੂਜੇ ਦਾ ਕਹਿਆ ਨਹੀਂ ਸਮਝੋ, ਬਥੇਰਾ ਕਹਿ ਕੇ ਹਮ ਭਗੇ। ਬਾਪੂ ਜੀ ਐ ਕਿਵੇਂ ਟਾਈਮ ਪਾਸ ਹੋਊਗਾ ਫਿਰ ਸਾਡਾ, ਆ ਉਮਰ ਆ ਹਾਲਾ ਇਹਨਾਂ ਦਾ। ਬੁੱਤ ਜੇ ਜਾਦੇ ਕਹੂੰਗਾ ਆਦਾ ਹਜ਼ਾਰ ਲਾ ਕੇ ਦੇ, ਇਹਨੂੰ ਕੋਈ ਛੋਟੇ ਵੱਡੇ ਸ਼ਰਮ ਸੰਗ ਤਾਂ ਹੈ ਨਹੀਂ, ਇਹਨੂੰ ਕੀ ਕਹਿ ਕੇ ਇਹਨੂੰ ਆਪਦੇ ਆਪ ਸੋਚਣਾ ਚਾਹੀਦਾ ਵੀ ਵਿਆਹ ਹੈ ਵਰਿਆ ਵੀ ਮਾੜੇ ਮੋਟੇ ਬੰਦਾ ਸ਼ਰਮ ਸੰਗ ਮੰਨ ਲੈਣ। ਵੀਰੇ ਤੂੰ ਆਪ ਹੀ ਸੋਚਿਆ ਕਰ, ਕੱਲ ਨੂੰ ਕੋਈ ਜਵਾਕ ਜੱਲਾ ਹੋ ਗਿਆ ਤੇਰਾ ਐਂ ਘਰੇ ਬਹਿ ਕੇ ਟਾਈਮ ਪਾਸ ਕਿਵੇਂ ਹੋ ਜਾਊਗਾ? ਵਿਆਹ ਤਾਂ ਚੱਲ ਤੇਰਾ ਹੋ ਗਿਆ, ਇਹੀ ਚੰਗੀ ਹੈ ਜਿਹੜੀ ਰਹੀ ਜਾਂਦੀ ਹੈ। ਮੇਰਾ ਦਾਣਾ ਪਾਣੀ ਲਿਖਿਆ ਹੋਇਆ, ਮੋਹਰ ਲੱਗੀ ਹੋਈ ਹੈ, ਮੈਨੂੰ ਮਿਲਣਾ ਹੀ ਮਿਲਣਾ। ਮੋਹਰ ਲੱਗੀ ਹੋਈ ਹੈ? ਹਾਂ ਜਦੋਂ ਵੀ ਗੱਲ ਮੇਰੇ ਕਰਮਾਂ 'ਚ ਲਿਖਿਆ ਹੋਣਾ ਉਹ ਹੀ ਮਿਲੂਗਾ। ਤੇ ਨਾ ਜਵਾਕਾਂ ਨੂੰ ਕੀ ਖਵਾਏਂਗਾ ਹੁਣ? ਗਵਾਂਢੀ ਕਮਾ ਕੇ ਖਵਾਉਣਗੇ ਫਿਰ? ਹੈ ਜਵਾਕਾਂ ਨੂੰ ਰੋਟੀ? ਗਵਾਂਢੀ ਵੀ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਨੇ ਹੁਣ ਤਾਂ। ਹਾਂ ਮੈਂ ਤਾਂ ਸ਼ਰਮ ਆਉਂਦੀ ਹੈ ਕਿ ਬਾਹਰ ਵੇੜੇ 'ਚ ਲੰਘਣ ਲੱਗੇ ਵੀ। ਜੋੜ ਕੇ ਕਰੀ ਜਾਣ, ਉਹ ਕੰਮ ਮਰਜ਼ੀ ਕਰੀ ਜਾਣ, ਗੱਲਾਂ ਮੇਰੀਆਂ ਕਰਦੀਆਂ ਨਾ, ਤੇਰੀਆਂ ਤਾਂ ਨਹੀਂ ਕਰਦੇ। ਆਹੋ ਤੈਨੂੰ ਕਿਹੜਾ ਕੋਈ ਫਰਕ ਪੈਂਦਾ ਗਾ, ਉਹ ਕੁੱਤਿਆਂ ਦੇ ਗਏ ਭੌਂਕੀ ਦਾ ਹੁੰਦੇ। ਮੇਰੀ ਗੱਲ ਸੁਣ ਵੀਰੇ, ਕਦੇ ਠੰਡੇ ਦਿਮਾਗ ਨਾਲ ਸੋਚੀ, ਘਰ ਦਾ ਕੰਮ ਤਾਂ ਅੱਜ ਨਾ ਕੱਲ ਕਰਨਾ ਹੀ ਪਊਗਾ, ਕਿੰਨਾ ਕੁ ਟਾਈਮ ਆਏ ਟਾਈਮ ਪਾਸ ਹੋ ਜੂ ਤੇਰਾ। ਮੈਂ ਠੰਡੇ ਨਾਲ ਹੀ ਸੋਚੂਗਾ, ਮੈਂ ਹੁਣ ਦਾਰੂ ਪਾਏ ਨਾ ਠੰਡੇ 'ਚ ਪੀ ਕੇ ਫਿਰ ਸੋਚੂਗਾ। ਹੱਦ ਤੇਰਾ, ਤੂੰ ਬੜੀ ਰਸੋਈ 'ਚ ਫਿਰ, ਠੀਕ ਹੈ ਨਾ, ਬੜ ਕੇ ਭਾਈ ਤੂੰ। ਰਸੋਈ ਤੇਰੀ ਆ। ਲੈ ਕਿਉਂ ਭਾਈ ਜਰ ਮੱਥਾ ਮਾਰਿਆ, ਜਿਹਨੇ ਬੋਲੇ ਜਾਏਗੀ ਉਹਨਾਂ ਯਾਦ ਇਹ ਬੋਲੇ ਜਾਊਗਾ। ਬਾਪੂ ਜੀ ਬੋਲੇ ਲੱਗੇ ਕਿਹੜਾ ਪਤਾ ਲੱਗਦਾ ਵੀ ਕੀ ਬੋਲ ਰਿਹਾ ਮੈਂ ਕੀ ਨਹੀਂ, ਨਾ ਛੋਟੇ ਵੱਡੇ ਦੀ ਕੋਈ ਸੰਗ ਸ਼ਰਮ। ਭਾਈ ਤਾਂ ਮੈਂ ਨਹੀਂ ਬੋਲਦਾ ਭਾਈ, ਜੇ ਬੋਲਦਾ ਤਾਂ ਤੂੰ ਪੁੱਛ ਕੇ ਬੋਲ ਲਿਆ ਕਰੂੰ ਜਗਾ। ਆ ਦੇਖ ਲੈ, ਉਹ ਡੱਕਿਆ ਹੋਇਆ ਭਾਈ, ਕਿਤੇ ਲਾ ਕੇ ਆਇਆ ਹੋਊਗਾ, ਮੈਂ ਤਾਂ ਬੋਲਦੇ ਨਹੀਂ ਤੇ ਪਿਆ ਸੀਗਾ। ਇਹ ਜੇ ਤਾਂ ਯਾਰ ਦੋਸਤ ਨੇ ਕਿ ਸਮਝਾਉਣਾ ਤਾਂ ਕੀ ਆ, ਉਲਟਾ ਨਾਲ ਹੀ ਲੱਗ ਜਾਂਦੇ ਨੇ। ਨਾ ਮੈਂ ਮੈਨੂੰ ਐ ਦੱਸ ਤੂੰ ਪੈਸੇ ਕਿੱਥੋਂ ਲੈ ਕੇ ਗਿਆ ਸੀ ਪਿੰਡ ਨੂੰ? ਮੈਂ ਤਾਂ ਮੇਰੇ ਕੋਲ ਹੈਗੇ ਸੀ। ਤੂੰ ਕਿੱਥੋਂ ਲਿਆਂਦੇ? ਹਾਂ ਕਿੱਥੋਂ ਮਰਜ਼ੀ ਲਿਆਵਾਂ ਮੈਂ, ਤੂੰ ਐ ਕਰ ਮੇਰੀ ਬੋਤਲ ਪਈ ਆ ਉੱਤੇ ਲਿਆ ਚੱਕ ਕੇ। ਹੁਣ ਲਿਆ ਕੇ ਆਈ ਚੱਕ ਕੇ, ਡੋਲ ਕੇ ਆਈ, ਉਹ ਰੱਖਿਆ ਮਸ਼ੀਨ ਕੋਲ ਪਈ ਆ, ਚੱਕ ਕੇ ਡੋਲ ਕੇ ਆਉਂ। ਉਹ ਗੱਲ ਸੁਣ ਲਾ ਮਿੱਤਰੀ, ਐ ਕਿ ਡੋਲ ਕੇ ਆਈ? ਚੱਲ ਪਰ, ਚੱਲ ਪਰੇ ਕੀ ਬੇਚੈਨੀ ਸ਼ਰਮ ਕਰ ਬੇ, ਪੂਰਾ ਬੜਾ ਮੈਨੂੰ। ਉਹ ਬਾਪੂ ਗੱਲ ਸਮਝਾ ਦੇ ਇਹਨੂੰ ਬੇ, ਪਿਓ ਦੀ ਇੱਜ਼ਤ ਰੱਖ ਲੋ ਬੇ, ਦਾੜੀ ਵਾਲਾ ਪਿਓ ਤੁਹਾਡਾ ਲੋਕਾਂ ਦੇ ਫੈਸਲੇ ਕਰਾਉਣ ਜਾਂਦਾ ਵੇ। ਇੱਕ ਮਿੰਟ, ਇਹਨੂੰ ਕੀ ਸਮਝਾ ਦੇ? ਜੇ ਤੂੰ ਨਹੀਂ ਮੇਰੀ ਸਮਝਦਾ, ਜੇ ਤੈਨੂੰ ਇਹ ਵੀ ਨਹੀਂ ਕਹਿੰਦਾ ਭਾਈ ਚੱਲ ਪੀਣੀ ਹੁੰਦੀ ਹੈ ਸ਼ਾਮ ਨੂੰ ਮਾੜੀ ਮੋਟੀ ਪੀ ਲਿਆ ਕਰ, ਮਾੜਾ ਮੋਟਾ ਮਨ ਤੇ ਜੇ ਤਾਂ ਮਨ ਲਿਆ ਕਰ। ਬਾਪੂ ਮੇਰੀ ਜ਼ਿੰਦਗੀ ਆ, ਮੈਂ ਪੀਵਾਂ ਨਾ? ਮੇਰੀ ਗੱਲ ਸੁਣੋ, ਕੀ ਪੀਵਾਂ ਛੱਡਾ, ਕਿਹੜਾ ਰੋਗ ਲੱਗਿਆ ਹੈ ਜੇ ਤੁਹਾਨੂੰ, ਹੈ ਜਿਹੜਾ ਤੁਸੀਂ ਰੋਜ਼ੇ ਚਾ ਕੇ ਦਾਰੂ ਨਾਲ ਡੱਕ ਲੈਨੇ ਹੋਗੇ? ਦਾਰੂ ਪੀ ਗਿਆ ਨਜ਼ਾਰੇ ਆਉਂਦੇ, ਨਜ਼ਾਰੇ ਇਹਦੇ ਨਾਲ। ਹਾਂ ਨਜ਼ਾਰੇ ਆਉਂਦੇ ਨੇਗੇ, ਜਾ ਦੇ ਝੂਟੇ ਆਉਂਦੇ ਬਾਪੂ, ਜਾ ਕਰੇ ਕਰੇ ਹੁਣ ਪੀ ਲੈ ਨਾ। ਤੇਰੇ ਖੰਡ ਦਾ ਰੇਟ ਪਤਾ, ਕਿਲੋ ਖੰਡ ਕਿੰਨੇ ਦੀ ਹੈ ਪਤਾ ਮੈਨੂੰ? ਕੀ ਇਹਨੇ ਕੀ ਲੈਣਾ ਜੀ ਮੇਰੇ ਖੰਡ? ਮੈਨੂੰ ਗੁੜ ਚਾਹੀਦਾ, ਗੁੜ ਮੈਂ ਲੈ ਆਉਣਾ ਉਹਨਾਂ। ਮੇਰੀ ਗੱਲ ਸੁਣ ਗਰਮੀਨ, ਇਹਨੂੰ ਰੋਟੀ ਵੀ ਨਾ ਦੇ, ਦੇਖ ਕੋਈ ਗੱਲ ਨਹੀਂ ਮੈਂ ਆਪੇ ਚੱਕ ਕੇ ਖਾ ਲੂੰਗਾ, ਇਹਨੂੰ ਕਿਹੜਾ ਪਤਾ ਲੋੜ ਹੀ ਵੀ ਨਹੀਂ ਨਾਲੇ ਰੋਟੀ ਖਾਣ ਦੀ, ਮੇਰੇ ਕੋਲ ਦਾਰੂ ਹੈ। ਮੇਰੀ ਗੱਲ ਸੁਣ ਲੈ, ਫਿਰ ਘਰੇ ਨਾ ਬੜੀ, ਉਹ ਗਲੀ 'ਚ ਬਹਿ ਜਾ ਜਾ ਕੇ। ਤੂੰ ਤੇਰਾ ਘਰ ਹੈ? ਹਾਂ ਮੇਰਾ ਘਰ ਹੈ। ਬਾਪੂ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਇਹਦਾ ਘਰ ਹੈ ਤੇ ਮੇਰਾ ਕੁਝ ਵੀ ਨਹੀਂ? ਨਾ ਤੈਨੂੰ ਦੱਸੇ ਕੌਣ, ਤੂੰ ਘਰ ਨੂੰ ਘਰ ਸਮਝਦਾ ਕਦੋਂ ਆਗਾ ਵੀ ਤੈਨੂੰ ਦੱਸੀਏ? ਤੈਨੂੰ ਤਾਂ ਦੱਸਣਾ ਪੈਂਦਾ ਵੀ ਅਸੀਂ ਘਰ 'ਚ ਹੈਗੇ ਹਾਂ, ਅਸੀਂ ਵੱਸਦੇ ਹਾਂ। ਬਾਪੂ ਮੇਰਾ ਨਵਾਂ ਘਰ ਪਵਾ ਕੇ ਦੇਗਾ, ਇਹ ਤੇ ਇਹਦਾ ਹੋ ਗਿਆ। ਦੀਦੀ ਤੁਸੀਂ ਕਾਹਨੂੰ ਇਹਦੇ ਨਾਲ ਮੱਥਾ ਮਾਰਨ ਲੱਗੇ ਪਏ ਹੋਗੇ? ਇੱਥੇ ਹੀ ਰਹਿ ਜੂਗਾ ਕੋਈ ਘਰ? ਮੈਂ ਤਾਂ ਕਹਿੰਦੀ ਹਾਂ ਬਾਪੂ ਜੇ ਪ੍ਰਵੀਨ ਆ ਨਾ, ਮੈਂ ਤਾਂ ਕਹਿੰਦੀ ਚੱਕੇ ਟਿੰਡ ਫੋੜੀ ਜੀ ਵਗ ਜੇ, ਇਹਨੂੰ ਤਾਂ ਦੋ ਦਿਨਾਂ 'ਚ ਸੁਰਤ ਆ ਜੂਗੀ। ਕੋਈ ਗੱਲ ਨਹੀਂ, ਵਗ ਜੇ ਵਗ ਜੇ। ਇਹਨੂੰ ਕਾਹਨੂੰ ਸ਼ਰਮ ਆਉਂਦੀ ਆ? ਨਹੀਂ ਉਹ ਰੋਟੀ ਫੜਾਉਂਦੀ, ਮੇਰੀ ਗੱਲ ਸੁਣ। ਤੂੰ ਵੀ ਮੰਨ ਲੈ ਕਰ, ਚਲ ਕਿਸ ਤਰ੍ਹਾਂ ਮੰਨ ਲੈ ਕਰ ਕਿਸੇ ਦੀ। ਰਾਤ ਦੀ ਗੱਲ ਦੱਸਦੀ ਆ ਮੈਂ, ਨਾਲੇ ਕਹਿੰਦੇ ਰੋਟੀ ਫੜਾਈ, ਚਲਾ ਕੇ ਬਿੱਟਾਂ ਦੇ ਥਾਲ ਮਾਰਿਆ, ਸਾਰੀ ਚਾਦਰ ਖਰਾਬ ਕਰਤੀ, ਕੰਧ ਖਰਾਬ ਕਰਤੀ, ਦੱਸ ਇਹਦੇ ਲੈ ਇਹਦੇ ਲੱਛਣ ਨੇਗੇ। ਚੀਂ ਚੀਂ ਕਰੀ ਜਾਣਗੇ, ਮੇਰਾ ਦਾਰੂ ਦਾ ਨਸ਼ਾ ਵੀ ਲਾਉਣਗੇ ਤੇ। ਮੈਂ ਕਹਿੰਦੀ
जलूस कड के तू पीनी है मैं कले नी पीनी है लिया फड़ा दे फड़ा दू मैं बापू कह देगा तू मेरी पैसे तो नहीं कमा देना मैं तेन कहते कह देना तू छे छे बापू कहते बापू यार मैं चुवारे भी नहीं जान दे लक्ष्मी मन तो नहीं कहते चक के फिर गला के पै जू पता नहीं किते गया कोई रिश्तेदारी जी भी है नहीं ओथे वास्ते लै लै जो घर बर्बाद करते छूगा दराणी जठानी सस सहरे ने कलेस ए चलदा इथे अपना सारे टब्बर दा एक बंदे ना चलदा सारे इन सुधारन ते तुले व्या इन्हे बस एक ही रट फड़ी हुई भी तुसी सुधार लो मैं उदू भी ज्यादा बिगड़ूंगा जो कुछ कहनी है चारे पै चके पैंदा हूं दसो मैं की करा मैं तो उठे घर गल करती भी नहीं चंगी लगती है ये बारे की कह मैं अपनी मम्मी हाँ जे मैं तेन ये कहनी हाँ भाई तू चुनी चाके वग जा पता नहीं तेरे मन च भी ये जाए दीदी पता नहीं कहा तो कहती है गल कमो नहीं है मेरे मम्मी डैडी तो उदू बद दुखी ने हूं उन्होंने ये गल करती मैं वैसे भी नहीं चंकी लगती जो पहले इन्ने दुखी ने दीदी किमें प्यार बापू भी उठ के वग गया हाई मैं तो कोठे से ता नहीं चढ़ दिया मैं लत्त बन तड़ाऊ तो आप जब होगा इतने ਇਹਨੂੰ ਸਾਂਭਾਂਗਾ ਘਰ ਦਾ ਕੰਮ ਕਰਾਂਗਾ ਇੱਕ ਤਾਂ ਹੋਵੇ ਵੀ ਬੰਦੇ ਨੂੰ ਕਿਸੇ ਚੀਜ਼ ਦਾ ਰੋਗ ਹੋਵੇ ਦੁਖੀ ਹੋਵੇ ਬੰਦਾ ਹੈ ਤਾਂ ਤੇ ਪਿੰਦਾ ਵੀ ਚੰਗਾ ਲੱਗਦਾ ਚੰਗਾ ਭਲਾ ਹੀ ਪੀ ਜਾਂਦਾ ਗਾ ਮੈਂ ਤਾਂ ਕਹਿੰਦੀ ਇੱਕ ਦਿਨ ਇਹਨਾਂ ਦੇ ਬਹਿ ਕੇ ਪੀਂਦਾ ਉਹਨਾਂ ਦੇ ਜੂਤ ਫੇਰ ਕੇ ਸਾਰਿਆਂ ਦੇ ਵਿੱਚ ਹੀ ਇਹਦੇ ਜਾ ਕੇ ਇਹ ਨਹੀਂ ਸੁਧਰਦਾ ਜਿੰਨਾ ਮਰਜ਼ੀ ਸਮਝਾ ਲਓ ਇਹਨੂੰ ਆ ਪਰਸੋਂ ਕਿਹਨੂੰ ਲਈ ਫਿਰਦਾ ਸੀ ਨਾਲ ਇਹ ਜਿਹਨੂੰ ਕਹਿੰਦੇ ਪਾਣੀ ਦਾ ਜੱਗ ਲਿਆ ਦਿਓ ਜਿਹੜਾ ਮੰਗੀਆਂ ਦੇ ਬਾਹਰ ਖੜਾ ਮੋਟਰਸਾਈਕਲ ਖਬਰਾਂ ਉਹ ਤਾਂ ਆਪ ਨਵੀਂ ਵੜ ਕੇ ਲਿਆਂਦਾ ਸੀਗਾ ਜੇ ਪੁੱਛਦੀ ਹੈ ਤਾਂ ਮੈਨੂੰ ਪੁੱਠਾ ਬੋਲਦਾ ਗਾ ਨਾ ਰੋਟੀ ਟੁੱਕ ਖਾਂਦਾ ਰੋਟੀ ਤਾਂ ਜਿਵੇਂ ਛੱਡ ਰੱਖੀ ਹੈ ਇੱਥੇ ਕਿ ਸੱਥ ਨਹੀਂ ਹੈਗੀ ਵੀ ਜਿਹਨੂੰ ਕਿਹਨੂੰ ਚੱਕ ਕੇ ਘਰੇ ਲਿਆ ਉਹਨਾਂ ਦਾ ਕਦੇ ਪਾਣੀ ਲਿਆ ਦੋ ਕਦੇ ਸਬਜ਼ੀ ਲਿਆ ਦੋ ਕਿਉਂ ਫੜਾਉਣੀ ਹੁੰਨੀ ਹੈ ਤੂੰ ਪਹਿਲਾਂ ਮੈਨੂੰ ਇਹ ਦੱਸ ਹੋਰ ਮੈਂ ਕੀ ਕਰਾਂ ਇਹ ਤਾਂ ਮੈਂ ਸਮੂਹਰੇ ਬੀਨ ਜਾਏ ਜੀ ਵਜਾਈ ਜਾਏ ਜੀ ਨਾ ਵਜਾਈ ਜਿੰਨਾ ਮਰਜ਼ੀ ਦੱਸ ਬੋਲੀ ਜਾਵਾਂ ਮੈਂ ਕੋਈ ਅਸਰ ਨਹੀਂ ਸਿਹਤ ਤੇ ਪੀਣੀ ਹੈ ਤਾਂ ਪੀਣੀ ਆ ਬਸ ਅੱਗੇ ਉਲਟਾ ਜੇ ਮੈਂ ਕਹਤਾ ਫਿਰ ਕਹਿੰਦਾ ਮੈਂ ਕਿਹੜਾ ਤੇਰੇ ਪਿਓ ਦੀ ਪੀਣਾ ਲੈ ਐਡੇ ਐਡੇ ਗੱਲਾਂ ਕੌਣ ਸਾਰ ਲੂਗਾ ਦੱਸਿਓ ਮੈਨੂੰ ਪਿਓ ਦੀ ਪੀਣਾ ਕਿ ਹੁਣ ਧੀ ਦੇਤੀ ਪਿਓ ਨੇ ਥੋੜੀ ਹੈਗੀ ਹੁਣ ਪਿਓ ਦੀ ਪੀਣਾ ਵਾ ਮੈਨੂੰ ਤਾਂ ਲੱਗਦਾ ਇਹਨੂੰ ਤਾਂ ਕਿਸੇ ਨੇ ਰਿਸ਼ਤਾ ਵੀ ਨਹੀਂ ਕਰਨਾ ਸੀਗਾ ਤੇ ਮੇਰੀ ਉਹ ਕਰਮ ਫੁੱਟ ਗਿਆ ਜਿਹੜੀ ਮੈਂ ਆ ਗਈ ਇੱਥੇ ਚੱਲ ਮੇਰੀ ਗੱਲ ਸੁਣ ਤੈਨੂੰ ਤਾਂ ਨਹੀਂ ਕਿਸੇ ਬਖਵਾ ਸਾ ਐਦੋਂ ਪਰ ਦੁਖੀ ਕੀ ਹੋ ਜਦੋਂ ਬੰਦੇ ਹੀ ਤੰਗ ਕਰਦਾਗਾ ਦੂਜਿਆਂ ਦਾ ਸੁੱਖ ਵੀ ਕੀ ਕਰੂਗਾ ਜਿਹਦੇ ਨਾਲ ਸਾਰੀ ਜ਼ਿੰਦਗੀ ਕੱਟਣੀ ਹੋਵੇ ਫੇਰ ਤੇ ਕਿੱਥੇ ਸਿਆ ਜਾਂਦਾ ਕਹਿੰਦਾ ਕਿ ਲੈ ਅਗੇ ਮੈਂ ਜਵਾਕਾਂ ਨੂੰ ਖਵਾਇਆ ਕਰੂ ਰੋਟੀ ਮੇਰੇ ਤਾਂ ਮੋਹਰ ਲੱਗੀ ਵੀ ਹੈਗੀ ਜਿੰਨੇ ਖਾਣਾ ਪਾਣੀ ਮੈਂ ਹੱਦ ਹੋ ਗਈ ਇਸ ਬੰਦੇ ਮੇਰਾ ਤਾਂ ਨਾ ਸੋਚ ਸੋਚ ਕੇ ਸਿਰ ਫਟ ਜਾਂਦਾ ਕੀ ਉਹਨੂੰ ਪਤਾ ਨਹੀਂ ਕੀ ਨਾ ਫਟਣਗੇ ਇੱਥੇ ਹੋਰ ਕੀ ਹੋਊਗਾ ਦਿਮਾਗ ਖਰਾਬ ਕਰ ਦਿੰਦੇ ਆ ਇਹਦੇ ਕੀ ਹੋ ਗਿਆ ਕਿਉਂ ਉਹਦੇ ਮਗਰ ਪੰਜਾ ਜਵਾਕ ਦੇ ਜਵਾਕ ਦੇ ਸਵੇਰੇ ਸਵੇਰੇ ਡੱਫੀ ਫਿਰਦਾਗਾ ਨਾ ਖੇਤ ਨਹੀਂ ਜਾ ਸਕਦਾ ਅੱਛਾ ਇੱਕ ਦੇ ਇੱਕ ਨੂੰ ਲਿਖ ਕੇ ਦਿੱਤਾਗਾ ਵੀ ਇਸੇ ਨਹੀਂ ਕਰਨਾ ਪਸ਼ੂਆਂ ਦਾ ਵੀ ਬਾਹਰ ਦਾ ਵੀ ਉਹਦੇ ਸਾਰੇ ਜਿਹੜੇ ਪਸ਼ੂਆਂ ਦਾ ਪਸ਼ੂ ਹੋਇਆ ਰਹਿੰਦਾ ਇਹ ਪ੍ਰਧਾਨ ਡੱਕ ਕੇ ਗਲਗਾ ਚ ਗੇੜੇ ਦਿੰਦਾ ਫਿਰਦਾ ਰਹਿੰਦਾ ਤੇ ਸਪੋਰਟ ਮਰਵਾਉਂਦੀ ਹੈਗੀ ਫਿਰ ਜੇ ਪੀਂਦੇ ਤਾਂ ਆਪਦੇ ਪੈਸੇ ਦੀ ਪੀ ਲੈਂਦੇ ਤੁਹਾਨੂੰ ਕੀ ਤਕਲੀਫ ਹੈ ਲੈ ਮਾਂ ਅੱਛਾ ਮੈਨੂੰ ਕੋਈ ਤਕਲੀਫ ਨਹੀਂ ਹੈ 5 ਕਿੱਲੇ ਦਾ ਮਾਲਕ ਹੈ ਅੱਜ ਉਹ 5 ਕਿੱਲੇ ਦਾ ਮਾਲਕ ਹੁਣ ਗੱਲ ਮਾਰਨਾ ਜੇ ਪੈਸੇ ਚੱਕ ਚੱਕ ਲੈ ਜਾਂਦਾ ਫਿਰ ਕੱਲ ਨੂੰ ਸਾਡੇ ਟੂਮਾ ਛੱਲੇ ਵੇਚੂ ਫਿਰ ਕੱਲ ਨੂੰ ਘਰ ਦੇ ਭਾਂਡੇ ਵੀ ਵੇਚੂਗਾ ਪੱਠਾ ਲਾਉਗਾ ਮਿੰਟ ਲਾਉਗਾ ਵੇਚਣ ਨੂੰ ਕਿੱਲੇ ਕੁੱਲੇ ਸਾਰੇ ਤੁਸੀਂ ਤਾਂ ਨਾ ਮੂੰਹ ਹੱਥ ਧੋ ਕੇ ਉਹਦੇ ਮਗਰ ਪੈ ਗਏ ਜਵਾਕ ਦੇ ਗੱਲ ਨਹੀਂ ਬਾਤ ਨਹੀਂ ਅਸੀਂ ਨਹੀਂ ਮਗਰ ਪਏ ਹੈਗੇ ਜਿਹੜੀਆਂ ਉਹਦੀਆਂ ਕਰਤੂਤਾਂ ਨੇਗੇ ਤਾਂ ਬਣਵਾਉਂਦਾ ਗਾ ਹਾਂ ਤੇ ਹੋਰ ਲੋਕ ਕੀ ਪਿੰਦੇ ਨਹੀਂ ਉਹ ਕਿਹੜਾ ਵੱਲੇ ਹੀ ਕੰਮ ਕਰਦਾ ਕੋਈ ਨਾ ਕਦੇ ਤੂੰ ਸਨੀ ਨੂੰ ਪੁੱਛਿਆ ਵੀ ਬਹੁਤ ਥੱਕਿਆ ਹਾਰ ਆਇਆ ਤੈਨੂੰ ਪਾਣੀ ਪਾ ਕੇ ਦੇਵਾਂ ਤੇਰਾ ਕੋਈ ਦੁੱਖਦਾ ਉਹਨੂੰ ਕਦੇ ਪੁੱਛਿਆ ਇਹਦੇ ਸਪੋਰਟਾਂ ਲੈਣ ਬਹਿ ਜਾਂਦੀ ਆ ਉਹ ਪਿਆਗਾ ਟੱਕਿਆ ਫਲਾਂ ਨੂੰ ਜਾ ਕੇ ਹੁਣ
ਕੋਈ ਨੀ ਮੈਂ ਸਮਝਾ ਦੂੰਗੀ ਇਹਨੇ ਆਪਦੇ ਪੇਕੀ ਜਾ ਕੇ ਫੋਨ ਕਰਤਾ ਨਾ ਪੰਚਾਇਤ ਵਿਚ ਬਹਾ ਕੇ ਪਹਿਲਾਂ ਉਹਦੀ ਨੀ ਪਹਿਲਾਂ ਤੇਰੀ ਬੇਇੱਜ਼ਤੀ ਕਰਨਗੇ ਅਗਲੇ ਆਏ ਕਿਵੇਂ ਕਰਨਗੇ ਕੋਈ ਮੈਂ ਨਾ ਜੇ ਤੂੰ 5 ਕਿੱਲੇ ਸਲਾਉਣੀ ਹੈਗੀ ਤੇ ਸਾਡੀ ਕੋਈ ਜ਼ਿੰਦਗੀ ਨਹੀਂ ਹੈਗੀ ਫਿਰ ਇਹਦੇ ਮਾਂ ਪਿਓ 5 ਕਿੱਲੇ ਦੇਖੇ ਨੇ ਦੇਖੇ ਆ 5 ਕਿੱਲੇ ਮੈਂ ਤਾਂ ਜ਼ਿੰਦਗੀ ਬਰਬਾਦ ਕਰ ਦਿੱਤੀ ਆਏ ਨਹੀਂ ਸੀ ਦੱਸਿਆ ਹੋਣਾ ਵਾਲੇ ਨੂੰ ਇਹ ਸ਼ਰਾਬੀ ਕਬਾਬੀ ਹੈਗਾ ਐਡਾ ਲੱਖਾ ਸਾਡਾ ਉਹਦੇ ਤਾਂ ਕਹਿੰਦੇ ਸੀ ਕਿ ਨਸ਼ੇ ਦਾ ਬੈਲ ਨਹੀਂ ਹੈਗਾ ਸਾਡੇ ਮੁੰਡੇ ਨਾ ਨਾ ਆਏ ਨਹੀਂ ਸੀ ਗੱਲਾਂ ਮੈਂ ਤਾਂ ਦਾਦੀ ਆਏ ਹੋਈਆਂ ਸੀ ਵਿਆਹ ਲਓ ਮੁੰਡਾ ਕੋਈ ਨਾ ਬਗਾਨੀ ਧੀ ਸੁਧਾਰ ਲੋ ਆ ਕੇ ਬਗਾਨੀਆਂ ਕਹਿੰਦੇ ਠੇਕਾ ਲਿਆ ਹੁੰਦਾ ਤੁਸੀਂ ਬਗਾੜ ਜਾ ਕਰੋ ਬਗਾਨੀ ਧੀਆਂ ਤੁਹਾਨੂੰ ਸੁਧਾਰ ਦੇਣ ਦੇਖੀ ਕਿਵੇਂ ਉੱਤੇ ਚੜ੍ਹ ਉਹ ਉੱਤੋਂ ਦੀ ਬੋਲਦੇ ਉਹ ਉੱਤੋਂ ਦੀ ਬੋਲਦੇ ਗੱਲ ਨਹੀਂ ਥੱਲੇ ਟਿਕਣ ਨੇ ਲੋੜਾ ਆ ਪੈ ਜਮੀ ਲੋੜਾ ਤਾਂ ਹੀ ਆਊਗਾ ਜਾਂ ਤਾਂ ਉਹ ਸਮਝਾ ਲੈ ਤੇ ਜਾਂ ਉਹਦੇ ਪੱਖ ਦੀ ਗੱਲ ਕਰਨੀ ਬੰਦ ਕਰ ਦੇ ਬਸ ਪੱਖ ਤਾਂ ਮੈਂ ਜੰਮਿਆ ਪੱਖ ਤਾਂ ਲਵਾਂਗੀ ਅੱਛਾ ਨਾ ਕਿਵੇਂ ਐ ਤਾਂ ਫਿਰ ਮੈਂ ਬੁਲਾਉਂਗੀ ਆਪਦੇ ਪੇਕਿਆਂ ਨੂੰ ਫੜਕੇ ਨਹੀਂ ਮੈਂ ਲੈ ਵੀਰੋ ਨੂੰ ਹਾਂ ਕੋਈ ਨੀ ਮੈਂ ਸਮਝਾ ਦੂੰ ਇਹਨਾਂ ਨਾ ਤੱਤੀਆਂ ਹੋ ਕਿ ਮੈਂ ਕਰਦੀਆਂ ਨੇ ਹਾਲ ਪਰ ਤੂੰ ਪਾ ਜਿਹੜਾ ਦੋਨਾਂ ਜਣੀਆਂ ਨੇ ਉਹਨੂੰ ਰੋਟੀ ਨਹੀਂ ਫੜਾਉਂ ਜੇ ਸਾਨੂੰ ਪਤਾ ਲੱਗ ਗਿਆ ਉਹਨੂੰ ਰੋਟੀ ਫੜਾਈ ਆ ਫਿਰ ਰੋਟੀ ਤਾਂ ਦੀਦੀ ਖਾਂਦੇ ਹੀ ਨਹੀਂ ਉਹ ਦਾਦੀ ਨੂੰ ਦਾਰੂ ਨਾਲ ਆ ਜਾ ਤੂੰ ਖੁੱਡੇ ਨੂੰ ਲੱਗੀ ਪਤਾ ਨਹੀਂ ਰੋਟੀ ਚਾਹੀਦਾ ਉਹਨੂੰ ਦਾਰੂ ਨਾਲ ਮੈਂ ਤਾਂ ਰੋਟੀ ਫੜਾਉਂਗੀ ਭਾਈ ਤੁਸੀਂ ਨਾ ਫੜਾਇਓ ਮੇਰੇ ਤਾਂ ਪੁੱਤ ਹੈ ਮੈਨੂੰ ਕੰਮ ਲੈ ਕੇ ਆਉਣਾ ਦੀ ਫਿਰ ਬੇਬੇ ਸਿੱਧੀ ਜੀ ਮੈਂ ਕਹਾਂ ਪਰੌਣਾ ਮਿਲ ਗਿਆ ਆਪਾਂ ਨੂੰ ਸਾਊ ਮੂਰੇ ਕੁੜੀ ਨਹੀਂ ਹੈਗੀ ਤੰਗ ਤੈਨੂੰ ਰੱਤੀ ਭਰ ਦਾ ਵੀ ਕਦੇ ਫੋਨ ਨਹੀਂ ਆਇਆਗਾ ਵੀ ਉਹ ਲੜਦਾਗਾ ਸ਼ਰਾਬ ਪੀ ਕੇ ਤੇ ਤੈਨੂੰ ਨਹੀਂ ਲੱਗਦਾ ਤਾਂ ਸੇਕ ਰੋਟੀਆਂ ਭਗਾ ਭਗਾ ਕੇ ਮਾਰਦਾਗਾ ਉਹਦੇ ਨਾਲ ਕਿਹੜਾ ਤੁਹਾਡਾ ਸਰੀਕਾ ਫਿਰ ਕੁੜੀ ਨਾਲ ਸਰੀਕਾ ਨਹੀਂ ਹੈਗਾ ਜਦੋਂ ਆਪਦੀ ਧੀ ਔਖੀ ਹੋਵੇ ਨਾ ਫੇਰ ਪਤਾ ਲੱਗਦਾ ਹੁੰਦਾ ਇਹ ਤੱਪਦੀ ਹੈਗੀ ਜਦੋਂ ਰਾਤ ਨੂੰ ਆਇਆ ਕਲੇਸ ਪਾਉਂਦਾ ਉੱਠ ਕੇ ਜਾਂਦੀ ਕਿਉਂ ਨਹੀਂ ਹੈਗੀ ਮੈਨੂੰ ਲੜਦਾ ਕਰੋ ਮੈਂ ਤਾਂ ਜੋੜਾ ਵਾਲੇ ਕਰੂੰਗਾ ਤੂੰ ਜਿੱਲੀ ਬੈਠੀ ਹੁੰਨੀ ਹੈ ਵੀ ਤੈਨੂੰ ਨਾਲ ਦੇ ਕਮਰੇ ਚ ਕਾਹਨੂੰ ਸੁਣਦਾ ਵੀ ਕੀ ਕੁਝ ਹੋਈ ਜਾਂਦਾਗਾ ਸਭ ਪਤਾ ਲੱਗਦਾ ਦਵਾਈ ਦੇਈ ਹੁੰਦੀ ਹੈ ਨੀਂਦ ਆ ਜਾਂਦੀ ਹੈ ਮੈਨੂੰ ਬਸ ਬੇਬੇ ਚੱਲ ਕੋਈ ਨਾ ਆ ਜਾਈ ਭੈਣੇ ਤਾਂ ਪੈ ਜਾਂਦੇ ਹੋ ਆਪਾਂ ਹੀ ਕੰਮ ਕਰਦੇ ਆਂ ਨੇ ਤਾਂ ਬੋਲ ਮੈਂ ਤਾਂ ਇੱਕ ਰਾਤ ਅੱਖ ਦੀ ਨੱਕ ਦੇਖੀ ਹੈਗੀ ਸਾਰੀ ਰਾਤ ਬੋਲੀ ਜਾਊਗਾ ਬੁੜਬੁੜ ਬੋਲੀ ਹੋ ਜਾਂਦਾ ਕਦੇ ਕੁਛ ਕਹਿ ਦਿੰਦਾ ਕਦੇ ਕੁਛ ਰਾਤ ਆਏ ਮੇਰੇ ਥੱਪੜ ਵੀ ਮਾਰੇ ਨੇਗੇ ਤੁਹਾਨੂੰ ਜਮੀ ਨਹੀਂ ਪਤਾ ਲੱਗਿਆ ਮੈਂ ਰੋ ਰਹੀ ਹੈਗੀ ਕਮਰੇ 'ਚ ਪਈ ਹਾਂ ਅੱਜ ਤੋਂ ਬਾਅਦ ਸੌਂ ਪਾਤੀ ਪੀਂਦਾ ਨੀ ਤੇ ਸ਼ਾਮ ਨੂੰ ਸੌਂ ਕਿੱਧਰ ਜਾਂਦੀ ਨਾਲੇ ਤੇਰ ਕੋਈ ਖਾਂਦਾ ਹੁੰਦਾ ਚੱਲ ਕੋਈ ਨੀ ਤੁਹਾਡੇ ਤੋਂ ਮੇਰਾ ਕੰਮ ਨਿਬੜ ਜੇ ਮੇਰੀ ਸੌਂ ਖਾਂਦਾ ਝੂਠੀ ਮੈਂ ਤਾਂ ਇੰਨਾ ਦੁਖੀ ਹੋਈ ਪਈ ਆ ਤੂੰ ਹੀ ਵਿਗਾੜਦੀ ਆ ਬਸ ਸਿਰੇ ਦਾ ਕਾਰਨ ਤਾਂ ਇਹੀ ਆ ਤੇਰੇ ਫਿਰੋਂ ਵਿਗੜਦਾ ਚੱਲ ਠੀਕ ਹੈ ਮੈਂ ਦੇਖ ਗਿਆ ਹੂੰ ਕੰਜਰ ਕੀ ਕਰ ਵਿਗਾੜਦੀ ਤਾਂ ਮਾਂ ਆਪ ਆ ਗਈ ਉਲਟਾ ਸਾਨੂੰ ਕਹਿੰਦੀ ਹੈ ਲੈ ਦੱਸ ਸ਼ਰਾਬੀ ਬੰਦੇ ਨਾਲ ਜ਼ਿੰਦਗੀ ਕੱਟਣੀ ਕਿਹੜਾ ਸੌਖੀ ਪਈ ਹੈਗੀ ਮਨ ਮਨੋ ਚ ਮੁਸਕ ਮਾਰਦੇ ਆ ਨਾ ਉਹਨੂੰ ਕੋਈ ਖੜਨ ਬੈਠਣ ਦਾ ਨਾ ਮੂੰਹ ਧੋਵੇ ਨਾ ਵਾਸਤਾ ਓਹੋ ਬੇ ਤੁੱਪੇ ਮੈਂ ਚੰਦਰੇ ਅੰਦਰ ਪੈ ਜਾਂਦਾ ਦੇ ਲੈ ਬੇਬੇ ਤੈਨੂੰ ਕਿੰਨੀ ਫਿਕਰ ਆ ਮੇਰੀ ਇਹ ਸਾਈਟ ਤੇ ਕਰੂੰ ਕਿਸੇ ਨੂੰ ਨਹੀਂ ਆਈ ਵੀ ਤੁੱਪੇ ਸੁੱਤਾ ਪੇ ਤੇ ਹੋਵੇ ਕਿ ਮੈਨੂੰ ਜੰਮਿਆ ਨਹੀਂ ਬੇਬੇ ਦੇ ਗੱਲ ਸੁਣ ਤੂੰ ਮੇਰੀ ਹਾਂ ਮੈਨੂੰ ਤਾਂ ਸਵੇਰ ਦੀ ਰੋਟੀ ਨਹੀਂ ਦਿੱਤੀ ਨਾ ਚੱਲ ਕੋਈ ਮੈਂ ਰੋਟੀ ਪਾ ਦਿੰਦੀ ਹਾਂ ਦੇ ਮਾਂ ਤੂੰ ਕਿੰਨਾ ਫਿਕਰ ਕਰਦੀ ਆ ਦੇ ਲੈ ਦੇ ਲੈ ਮੈਨੂੰ 5 ਕਿਲੋ ਜ਼ਮੀਨ ਵੀ ਆਉਂਦੀ ਹੈ ਹਾਂ ਸਾਰਾ ਠੇਕਾ ਉਹ ਖਾਂਦਾ ਝੋਟੇ ਸਿਰ ਵਰਗੀ ਆਉਂਦੀ ਆ ਪੁੱਤ ਸਾਰੇ ਪੈਸੇ ਉਹਨਾਂ ਕੋਲੇ ਆਉਂਦੇ ਨਾ ਹਾਂ ਮੈਂ ਕਦੇ ਨਹੀਂ ਪੈਸਾ ਮੰਗਾ ਨਾ ਬਸ ਤੂੰ ਤੇਰੀ ਪਰਸਨ ਆਉਂਦੀ ਹੈ ਕਿਹੜੀ ਮੈਂ ਉਹਦੀ ਇਕੱਲੀ ਦਾਰੂ ਪੀਣਾ ਨਾ ਦੇ ਲੈ ਅੱਛਾ ਜਿਹੜੇ ਮੈਥੋਂ ਲੈ ਜਾਂਦਾ ਉਹਦੀ ਦਾਰੂ ਪੀ ਲੈਂਦਾ ਹੈ ਤੇ ਬੇਬੇ ਹੋਰ ਕਿਹਦੀ ਪੀਵਾਂ ਇਹ ਤਾਂ ਮੈਨੂੰ ਦਿੰਦੇ ਨਹੀਂ ਪੈਸੇ ਉਹ ਚੱਲ ਨਹੀਂ ਬੇਬੇ ਫਿਰ ਕਿਉਂ 2500 ਰੁਪਏ ਦਾਰੂ ਕਿੰਨੀ ਕੁ ਮੈਂ ਪਊਆ ਪੀਣਾ ਸਾਰਾ ਚੱਲ ਬੇਬੇ ਆ ਗੱਲ ਸੁਣ ਤੂੰ ਮੇਰੀ ਕੀ ਸੁਣਾ ਤੇਰੀ ਗੱਲ ਸੁਹਾ ਸੁਣਾ ਚੰਨੀ ਕਿਵੇਂ ਆ ਠੀਕ ਆ ਬਾਈ ਆ ਜਾਂਦਾ ਨਾ ਖੇਤ ਮੈਂ ਕੱਲਾ ਮੱਥਾ ਮਾਰੀ ਆ ਯਾਰ ਉੱਥੇ ਇਹ 'ਚ ਮੇਰੀ ਕੀ ਗਲਤੀ ਹੈ ਤੂੰ ਬੰਦਾ ਪੁੱਛਣਾ ਸੀ ਤੈਨੂੰ ਬਸ ਸੀਜ਼ਨ ਚੱਲੀ ਜਾਂਦਾ ਦੋ ਦਿਨ ਪਹਿਲਾਂ ਪੁੱਛੀਦਾ ਹੁੰਦਾ ਬੰਦਾ
ਵੀ ਬੰਦਾ ਜੇ ਨਹੀਂ ਮਿਲਿਆ ਤਾਂ ਯਾਰ ਆਪ ਵੀ ਕਰ ਸਕਦੇ ਆ ਨਾ। ਤੂੰ ਮੇਰੇ ਤੋਂ ਪੁੱਛ ਸਕਦਾ ਸੀ ਬੰਦਾ ਕਿਵੇਂ ਮਿਲਦਾ ਹੁੰਦਾ, ਮੈਂ ਤੈਨੂੰ ਦੱਸ ਦਿੰਦਾ ਸਕੀਮ ਬਾਈ। ਅੱਛਾ ਠੀਕ ਆ, ਬੰਦਾ ਪੁੱਛਣ ਦੀ ਤਾਂ ਸਕੀਮ ਤੂੰ ਦੱਸ ਦਿੰਦਾ, ਆਪ ਖੇਤ ਨਹੀਂ ਸੀ ਕੰਮ ਕਰ ਸਕਦਾ ਜੀ, ਨਾ ਕੰਮ ਨਹੀਂ ਕਰ ਸਕਦੇ ਸੀ। ਬੇਬੇ ਸਮਝਾਇਆ ਕਰ ਇਹਨੂੰ ਪਹਿਲਾਂ ਉਹ ਟੀ ਟੀ ਉਹ ਕਰਕੇ ਬਾਈ, ਪਹਿਲਾਂ ਔਖਾ ਹੋਏਗਾ ਤੂੰ ਕਦੇ। ਕੋਈ ਗੱਲ ਨਹੀਂ, ਔਖਾ ਮੈਂ ਆਊਂਗਾ, ਤੂੰ ਤਾਂ ਨਹੀਂ ਹੋਣਾ, ਤੂੰ ਸੌਖਾ ਰਹਿ। ਗੱਲ ਸੁਣ ਬੇਬੇ, ਇਹਨੂੰ ਸਮਝਾ ਦਿਆ ਕਰ, ਮੈਨੂੰ ਬੋਲਿਆ ਨਾ ਕਰੇ ਉਹ ਆ ਕੇ। ਗੱਲ ਸੁਣ ਵੇ ਮੁੰਡਿਆ, ਪਹਿਲਾਂ ਤਾਂ ਦੋਨੇ ਉਹ ਬੋਲੀ ਗਏ ਆ, ਪੂਰਾ ਝੱਜੂ ਪਾਇਆ ਉਹਨਾਂ ਨੇ, ਘਰ ਚੱਕਤਾ ਸਿਰ ਤੇ। ਲੈ ਕਾ ਕੇ ਖੜਕੀ ਸਰਾਣੀ ਲੈ, ਖੜੀ ਰਹਿਣ ਦੇ ਗੱਲ ਕਰ ਲੈਣ ਦੇ, ਤੇ ਮੈਂ ਆਏ ਕਹਿੰਦੀ ਇਹਨੂੰ ਅੱਡ ਕਰ ਦੇ, 5 ਕਿੱਲੇ ਝੂਟੇ ਦੇ ਸਿਰ ਵਰਗੀ ਆਉਂਦੀ ਆ ਇਹਨੂੰ। ਆ ਬੇਬੇ ਆ, ਮੇਰੀ ਗੱਲ ਦੀ ਗੱਲ ਕਹੀ ਆ ਤੂੰ, ਤੇ ਸਰਪੰਚ ਨੂੰ, ਸਰਪੰਚ ਨੂੰ ਬੁਲਾ ਲੈਣੀ ਆ ਮੈਂ। ਮੰਮੀ ਜੀ ਤੁਸੀਂ ਵੀ ਇਹਦਾ ਸਾਈਡ ਲਈ ਜਾਂਦੇ ਹੋ ਹੈ। ਮੈਂ ਗੱਲ ਕੰਮ ਦੀ ਕੀਤੀ, ਅੱਡ ਦੀ ਤਾਂ ਮੈਂ ਕੀਤੀ ਨਹੀਂ। ਇਹ ਤਾਂ ਆਪਦੀ ਮਰਜ਼ੀ ਕਰੂ, ਸਰਦਾਰਾਂ ਦੇ ਪੁੱਤ ਤਾਂ ਆਈ ਪੀਂਦੇ ਹੁੰਦੇ ਇਹਨਾਂ ਨੇ। ਮਾਂ ਸ਼ਾਮ ਨੂੰ ਲਾ ਲੇ 2 ਪੈਗ, ਦਿਨੇ ਤਾਂ ਕੰਮ ਕਰਾ ਹੀ ਸਕਦਾ, ਵਿਹਲਾ ਪਿਆ ਕਿੰਨਾ ਟਾਈਮ ਪਊਗਾ। ਜਿਹੜੀ ਤੂੰ ਝੋਟੇ ਦੇ ਸਿਰ ਵਰਗੀ ਕਹਿੰਦੀ ਹੈ ਨਾ, ਇਹ ਵੀ ਤਾਂ ਕਿਤੇ ਖਤਮ ਹੋ ਜੂਗੀ। ਵਿਹਲੇ ਬੈਠੇ ਨੂੰ ਖਾਣ ਪੀਣ ਨੂੰ ਮਿਲ ਜਾਂਦਾ ਗਾ, ਇਹਨੂੰ ਕੀ ਲੋੜ ਪਈ ਆ ਕੰਮ ਕਾਰ ਕਰਨ ਦੀ। ਬਾਕੀ ਮਾਂ ਮੈਂ ਤਾਂ ਕੋਈ ਅੱਡ ਦੀ ਗੱਲ ਕਰਦਾ ਨੀ, ਤੇ ਭਾਈ ਤੂੰ ਹੀ ਅੱਡ ਕਰਾਉਣਾ ਚਾਹੁੰਦੀ ਆ ਤਾਂ ਜੀ ਸਾਧ ਕੇ ਲਾ ਦੇ। ਵਿਆਹ ਨਿੱਤੇ ਦਾ ਕਲੇਸ਼ ਬੁਰਾ ਲੱਗਦਾ ਤਾਂ ਕਹਿਨੀ ਆ, ਹੋਰ ਮੈਨੂੰ ਕੋਈ ਚਾਹ ਨਹੀਂ ਹੈਗਾ। ਫਿਰ ਮੰਮੀ ਜੀ ਤੁਸੀਂ ਇਹਨੂੰ ਕਹੋ ਨਾ ਜਿਹਦੇ ਕਰਕੇ ਕਲੇਸ਼ ਪੈਂਦਾ ਸਾਰਾ। ਤੁਸੀਂ ਕਿਉਂ ਬੋਲੀ ਜਾਂਦੇ ਹੋਗੇ, ਇਹ ਆਪਦੇ ਪੈਸਿਆਂ ਦੀ ਪੀਂਦਾ। ਗੁਤਰੀ ਚ ਗੁਤਰੀ ਚ ਮਾਰੇਗਾ, ਹਰ ਰੋਜ਼ ਦਾ ਤੇਰਾ ਇਹ ਕੰਮ ਬਣ ਗਿਆ ਬਾਈ। ਅੱਛਾ ਠੀਕ ਆ, ਗੁੱਤ ਚ ਤਾਂ ਮਾਰ ਸਕਦਾ, ਜਾ ਕੇ ਖੇਤਾਂ ਚ ਕੰਮ ਨਹੀਂ ਕਰ ਸਕਦਾ ਹਨਾ। ਅਯਾ ਬਈ ਭਾਸ਼ਣ ਜੇ ਨਾ ਦੇ, ਮਾਂ ਨੂੰ ਦੇ ਮਾਂ ਬੇ ਲੈ ਜਾ ਕੇ। ਮੇਰੀ ਗੱਲ ਸੁਣ ਲੈ, ਇਧਰ ਉੱਪਰੇ ਕਲੇਸ਼ ਨੂੰ ਮੈਂ ਕਹਿੰਦੀ ਅੱਡੀ ਕਰ ਦਿਓ। ਚੱਲ ਠੀਕ ਆ ਮਾਂ, ਮੇਰਾ ਖੜਾ ਛੱਡ ਦੇ। ਮੈਂ ਇਹਨੂੰ ਨਾ ਕਹਿ ਰਹੀ ਤੂੰ ਵੀ ਮਾੜਾ ਮੋਟਾ ਕੰਮ ਕਰ ਲੈ, ਇਹਨੂੰ ਮਾੜੇ ਜੇ ਕੰਮ ਨੂੰ ਕਹਿ ਦੇਵੇ, ਇਹਨੂੰ ਤਾਂ ਨਾਲ ਦੀ ਨਾਲ ਮੌਤ ਪੈ ਜਾਂਦੀ ਹੈ ਵੀ ਹਾਂ ਮੈਨੂੰ ਕੰਮ ਨੂੰ ਕਿਉਂ ਕਹਿੰਦਾ। ਸਾਰਾ ਲੱਗੇ ਨਹੀਂ ਇਹਨੂੰ ਦਿਖਦਾ, ਸਾਰਾ ਡਬਰਾ ਚੋ ਕੇ ਮੰਗਰ ਪਿਆ ਵਿਜਵਾਸ ਦੇ। ਤੈਨੂੰ ਨਾ ਬੇਬੇ ਹੁਣ ਉਹ ਖੇਤ ਕੰਮ ਕਰਕੇ ਆਇਆ ਤੇ ਜੇ ਵਗ ਜਾਂਦਾ ਮਗਰ ਰੋਟੀ ਲੈ ਕੇ ਵਗ ਜਾਂਦਾ, ਉਹਦੀ ਕੀ ਹੋ ਜਾਂਦਾ ਇਹਨੂੰ, ਘਰ ਜਾਂਦਾ ਇਹ। ਸਾਰੇ ਲੁੱਚੇ ਲੱਗਦੇ, ਸਾਰੇ ਲੰਡਰ ਲੱਗਦੇ। ਹਾਂ ਹਾਂ ਲੱਗਦੇ ਆ, ਸਾਨੂੰ ਤਾਂ ਹੁਣ ਵਿੱਚ ਤੂੰ ਵੀ ਲੱਗਦਾ ਗਾ, ਸੁਣ ਗਿਆ। ਮਾਂ ਕਹਿ ਦੇ ਬਾਲਾ ਨਾ ਬੋਲਿਆ ਕਰੇ ਨਾ, ਫਿਰ ਤੂੰ ਕੀ ਕਰ ਦੇਗਾ ਬਾਲਾ ਬੋਲਣ ਨੂੰ ਉਂਗਲ ਜੀ ਕੱਢ ਕੇ। ਬਸ ਹੋ ਜਾਂਦਾ, ਬਸ ਮੈਂ ਤਾਂ ਇਹ ਕਹਿ ਰਹੀ ਹਾਂ ਅੱਡ ਕਰ ਦਿਓ ਭਾਈ, ਗੱਲ ਮੁੱਕੀ ਨਾ। ਅੱਡ ਕੀ ਲੈ ਕੇ ਹੋਏਗਾ ਤੂੰ ਮੈਨੂੰ ਦੱਸੀ। ਮੈਨੂੰ ਹਿੱਸਾ ਦਾ 5 ਕਿੱਲੇ ਜ਼ਮੀਨ ਆਉਂਦੇ ਆ। 5 ਕਿੱਲੇ ਦੇ 5 ਕਿੱਲੇ ਜੇ ਨਾ ਇਹਨੇ ਵੇਚ ਕੇ ਸਾਰੀ ਦਾਰੂ ਪੀ ਲਈ ਤਾਂ ਤਾਂ ਕਹਿਦੀ ਮੈਂ ਹੁਣ ਤਾਂ ਸੈਟਾ ਲੈ ਚੱਲੇ ਦੀਆਂ, ਬਾਅਦ ਚੋਂ ਪਛਤਾਏਗਾ, ਕੋਈ ਫਾਇਦਾ ਨਹੀਂ, ਦੇਖੀ ਤੇਰੇ ਸਾਹਮਣੇ ਆ। ਦੇ ਨਹੀਂ ਮਾਂ ਇਹ ਦਿਮਾਗ ਲੱਗਦਾ ਗਲਾਂ ਚ ਕੁੱਤੇ ਦਾ, ਹੁਣ ਮੂੰਹ ਚੱਟ ਚੱਟ ਜਾਂਦੇ ਆ, ਫੇਰ ਦੇਖ ਲਈ ਪਤਾ ਨਹੀਂ ਕੀ ਹਾਲ ਕਰਦਾ। ਆ ਦੇਖ ਜਾਂਦਾ ਮੇਰੀ ਬੇਇੱਜ਼ਤੀ ਕਰਾਈ ਜਣਾ ਮੇਰੀ ਕੰਜਰਾ। ਮਾਂ ਇਹਦੇ ਬੋਲੀ ਜਾਣੀ ਹੈ, ਇਹਨਾਂ ਦਾ ਰਹਿਣਾ ਕਿਉਂ ਵਿਆਹੀ ਮੇਰੇ ਨਾਲ ਕਿਹਦੇ ਨਾਲ ਬੇ? ਤੈ ਤਾਂ ਮੈਨੂੰ ਖਵਾਤੀਆਂ ਰੋਟੀਆਂ ਇਹੋ ਜੀਆਂ, ਮੈਨੂੰ ਨੀ ਲੋੜ ਹੈਗੀ ਤੇਰੀ, ਮੈਂ ਤਾਂ ਪਹਿਲੀ ਬਹੁਤ ਔਖੀਆਂ ਤੇ ਨਾ ਰਹਿ ਕੇ ਉਹ ਸਰਦਾਰਾਂ ਨੂੰ ਕੰਮ ਕਰਾਇਆ ਕਰੂੰਗਾ। ਦਿਹਾੜੀ ਕੰਮ ਕਰੇਗਾ, ਮੇਰੀ ਗੱਲ ਸੁਣ, ਮੇਰੀ ਗੱਲ ਮੈਂ ਤੇਰੀ ਉਹ ਦਾਰੂ ਦਾ ਕੀ ਦਾਰੂ ਨਾਲ ਛੱਡ ਦੂੰਗਾ। ਇਹ ਗੱਲ ਸੁਣ ਤੂੰ ਮੇਰੀ, ਅੱਗੇ ਦਿਹਾੜੀਆਂ ਤੋਂ ਕੰਮ ਕਰਾਇਆ ਕਰੂੰਗਾ, ਕੱਲਾ ਟੌਰ ਨਾਲ ਬੈਠਾ ਕਰੂੰਗਾ, ਉਹ ਇਹਨਾਂ ਤੋਂ ਕੰਮ ਨਹੀਂ ਲੈਣਾ ਹੁੰਦਾ ਨਾ। ਦਿਹਾੜੀ ਕਰਨ ਨੂੰ ਅੱਛੇ ਪੈਸੇ ਦੇਈ ਜਾਏਂਗਾ ਹੈ ਤੂੰ, ਪਰ ਕੰਮ ਨਹੀਂ ਕਰਨੇ ਗਏ। ਹੱਥ ਗੋਡੇ ਦਿੱਤੇ ਨੇ ਕਾਦੇ ਲਈ ਦਿੱਤੇ ਨੇ, ਆਪਦੇ ਵੀ ਵਾਅਦੇ ਕਰ ਕੇ ਦੇ। ਰਾਸ਼ਨ ਪਾਣੀ ਤੈਨੂੰ ਲੋੜ ਹੈਗੀ ਹੈ, ਕੱਪੜਾ ਲੀੜਾ ਚਾਹੀਦਾ ਗਾ, ਕਿੰਨਾ ਟਾਈਮ ਹੋ ਗਿਆ। ਮੈਂ ਕਹਿੰਦੀ ਕਾਹਨੂੰ ਤੈਨੂੰ ਕੁਛ ਕਹਿਣਾ, ਕਾਹਨੂੰ ਕੁਛ ਕਹਿਣਾ ਗਾ, ਤੈਨੂੰ ਮੂੰਹ ਦਿੱਤਾ ਨਾ ਰੱਬ ਨੇ, ਤੂੰ ਬੋਲ ਸਕਦੀ। ਮੇਰੀ ਗੱਲ ਸੁਣਨ ਨਾਲ ਤਾਂ ਨਾ ਪਰਾਂ ਹੋ ਕੇ ਗੱਲ ਕਰਾਂਗੇ ਤਾਂ ਮੁਸਕ ਬੜੀ ਆਉਂਦੀ ਆ ਜੀ।
दारूआं चढ़दी दिमाग नूं चल कोई गल कट्टा मैं तेरे नाल जिंदगी चल ऐ कि ना लौंग लैचियां बाके बनाऊंगा बनाएगा लौंग लैचे देख देखी चल चन्नी तू सच्ची कहनी है मौके नूं बहुत पछताएगा ओ देखी जा हां ना जे ना कंदा के सिंदे ना तां के गल है लौंग लैचियां बाके ते ऐ कि तेनूं मैं चकाऊं फिर मैं करूं खाने खाण तेनूं मैं चकाऊं मैं कट दे मैं कड्डू खेत जिथे मर्जी कट ले मैं चकाऊं रोही यार तू कोई भी नहीं मैं तां कहनी महीना क लग जाए तेरा जेल च तेनूं सेक लग जाए ਚੱਲ ਤੇ ਦੇਖ ਚੱਲ ਮੈਂ ਜਾਣਾ ਹੁਣੇ ਜਾਣਾ ਮੈਂ ਉੱਥੇ ਚੁੱਪ ਕਰਕੇ ਬਹਿ ਜਾ ਹੁਣ ਪੱਠੀ ਚਲਾਉਣਾ ਮੈਂ ਤੇ ਜਾ ਕੇ ਅੱਛਾ ਹੁਣ ਤਾਂ ਤੇਰੇ ਤੋਂ ਖੇਤ ਜਾਇਆ ਨਹੀਂ ਜਾਂਦਾ ਹੈ ਸ਼ਰਾਬ ਪਾਉਣ ਤੋਂ ਖੇਤ ਵਗ ਜਾਏਗਾ ਖੇਤ ਇਹੋ ਜੀ ਕਰਤੂਤ ਨਾ ਕਰਕੇ ਬਈ ਜੀ ਸਾਡੀ ਥੂ ਥੂ ਕਰਾ ਦੇਗਾ ਬਈ ਮੈਂ ਆਪਦੇ ਵਾਲੀ ਜ਼ਮੀਨ ਚ ਪਾਉਂਗਾ ਤੇਰੇ ਵਾਲੀ ਚ ਨਹੀਂ ਪਾਉਂਗਾ ਚਾ ਮੈਂ ਜਾਣਾ ਰੋਟੀ ਫੇਰ ਹੀ ਖਾਉਂਗਾ ਹਾਂ ਰੋਟੀ ਖਾਣੀ ਨਹੀਂ ਚੰਗੀ ਲੱਗਦੀ ਹੈਗੀ ਆ ਕੁਛ ਤਾਂ ਪੀਣ ਨੂੰ ਮਿਲ ਜਾਂਦਾਗਾ ਪੋਰਾ ਸੰਗ ਸ਼ਰਮ ਨਹੀਂ ਹੈਗੀ ਰਹਿੰਦੇ ਹੁੰਦੇ ਉਹ ਆ ਜੇ ਟੱਕਰ ਰਹੇ ਨੇ ਇਹਨੂੰ ਮੱਤਾਂ ਤਾਂ ਕਿਸੇ ਨੇ ਕੀ ਦੇਣੀਆਂ ਨੇ ਉਲਟਾ ਹੋਰੇ ਪੁੱਠੇ ਪਾਸੇ ਲਾਈ ਜਾਂਦੇ ਨੇਗੇ ਚੰਗੀਆਂ ਮੱਤਾਂ ਦਿੰਦੇ ਨੇ ਆ ਕੇ ਹਾਂ ਭਾਈ ਦੱਸੋ ਹੁਣ ਤੁਹਾਡੇ ਘਰ ਦਾ ਕੀ ਮਸਲਾ ਹੈਗਾ ਸਰਪੰਚ ਸਾਹਿਬ ਮਸਲਾ ਤਾਂ ਇਹ ਹੈ ਜੀ ਮੈਂ ਤਾਂ ਨਹੀਂ ਅੱਡ ਹੋਣਾ ਚਾਹੁੰਦਾ ਬਾਈ ਤੇ ਮਾਂ ਕਹਿੰਦੇ ਅੱਡ ਹੋਣਾ ਤੁਹਾਨੂੰ ਇਹਨਾਂ ਨੇ ਬੁਲਾਇਆ ਅੱਛਾ ਹਾਂਜੀ ਬਾਕੀ ਇਹ ਦੱਸ ਦੇਣਗੇ ਤੁਹਾਨੂੰ ਬਸ ਜੀ ਅੱਡ ਕਰ ਦਿਓ ਰੋਜ਼ ਰੋਜ਼ ਦੀ ਲੜਾਈ ਦਾ ਕੰਮ ਨਿਬੜੂ ਚੰਗੀ ਹੁੰਦੀ ਹੈ ਐਵੇਂ ਅੱਡ ਉੱਡ ਹੋਣ ਵਾਲੀਆਂ ਗੱਲਾਂ ਦੇਖੋ ਬਾਹਲੀਆਂ ਚੰਗੀਆਂ ਜਾਂ ਤਾਂ ਨਹੀਂ ਹੁੰਦੀਆਂ ਬਾਕੀ ਤੁਹਾਡੀ ਮਰਜ਼ੀ ਰਹੀ ਹੈ ਬਾਈ ਮੈਂ ਤਾਂ ਨਹੀਂ ਚਾਹੁੰਦਾ ਜੀ ਸਰਪੰਚ ਸਾਹਿਬ ਆਪਾਂ ਨਹੀਂ ਚਾਹੁੰਦੇ ਵੀ ਅੱਡ ਹੋ ਗਏ ਤੂੰ ਨਹੀਂ ਚਾਹੁੰਦਾ ਮੈਂ ਚਾਹੁੰਦਾ ਸਰਪੰਚ ਸਾਹਿਬ ਇਹ ਨਹੀਂ ਚਾਹੁੰਦਾ ਨਾ ਮੈਂ ਚਾਹੁੰਦਾ ਅੱਡ ਕਰੋ ਚਲੋ ਭਾਈ ਦੇਖੋ ਹੁਣ ਜਿਵੇਂ ਤੁਸੀਂ ਆਖਦੇ ਹੋਗੇ ਆਪਾਂ ਤਾਂ ਉਵੇਂ ਕਰ ਦਿਆਂਗੇ ਬਸ ਕਲੇਸ਼ ਨਾਲ ਤਾਂ ਫਿਰ ਅੱਡ ਹੀ ਚੰਗਾ ਜੀ ਤੁਸੀਂ ਦੱਸ ਦਿਓ ਜੀ ਕੁਛ ਉਹ ਆਪਾਂ ਕੀ ਦੱਸਣਾਗਾ ਮੈਂ ਤੈਨੂੰ ਐਂ ਕਹਿਣਾਗਾ ਜਿਹੜਾ ਆਹ ਵਾਹਣ ਕਹਿੰਦੀ ਹੈ ਇਹ ਕਿਹੜਾ ਕਹਿੰਦੀ ਤੂੰ ਨਿਆਈ ਵਾਲਾ ਭਾਈ ਨਿਆਈ ਆ ਵਾਹਣਾ ਚੱਲ ਇਹ ਮੁੰਡਾ ਕੰਮ ਕਾਰ ਚੰਗਾ ਕਰਦਾ ਉਹ ਇਹਨੂੰ ਦੇ ਦੇ ਹੋਰ ਕੀ ਆ ਉਹ ਦੂਜਾ ਇਹਨੂੰ ਦੇ ਦੇ ਕਿਉਂ ਬਾਪੂ ਨਿਆਈ ਵਾਲਾ ਮੈਂ ਲਊਂਗਾ ਬੜਾ ਸਿਆਰ ਬਣਦਾ ਤੂੰ ਨਾਲੇ ਰਹਿਣਾ ਤੂੰ ਮੇਰੇ ਨਾਲ ਆ ਠੀਕ ਹੈ ਨਿਆਈ ਵਾਲਾ ਵੀ ਪੜਾ ਮੇਰਾ ਐਂ ਤਾਂ ਜੀ ਦੇਖੋ ਨਾ ਫਿਰ ਇਨਸਾਫੀ ਵਾਲਾ ਕੰਮ ਹੋ ਜੂਗਾ ਜੇ ਮੈਂ ਕਹਿੰਦਾ ਸੀਗਾ ਵੀ ਦੋਨੇ ਪਾਸੇ ਇਹਨਾਂ ਨੂੰ ਅੱਧਾ ਅੱਧਾ ਕਰ ਦਿੰਦੇ ਉਹ ਬੜੀ ਚੰਗੀ ਗੱਲ ਸੀਗੀ ਸਮਾਂ ਦੀ ਉਹ ਦੋਨੇ ਪਾਸੇ ਸਰਪੰਚ ਫਿਰ ਐਂ ਵੇਖ ਲੜੀ ਜਾਣਗੇ ਗੱਲ ਤੁਹਾਡੀ ਵੀ ਠੀਕ ਹੈਗੀ ਚਲੋ ਜਦੋਂ ਹੁਣ ਇਹਨਾਂ ਦੀ ਆਸ ਬਣਦੀ ਨੀਗੀ ਫਿਰ ਕਰੇ ਵੀ ਕੀ ਜਾਵੇ ਹੋਰ ਚੱਲ ਕੋਈ ਗੱਲ ਨੀ ਸਣੀ ਮੈਨੂੰ ਭਰੋਸਾ ਹੈਗਾ ਇਹਨਾਂ ਦਾ ਤੇਰੇ ਤੇ ਆਪਾਂ ਨੂੰ ਹੁਣ ਪਿੰਡ 'ਚ ਫਿਰਦੇ ਹੈਗੇ ਬੰਦਿਆਂ ਦਾ ਪਤਾ ਹੀ ਹੁੰਦਾ ਹੈਗਾ ਚੱਲ ਤੂੰ ਤਾਂ ਫਿਰ ਵੀ ਟਿੱਬੇ ਵਾਲਾ ਕਰ ਲੇਂਗਾ ਇਹਦਾ ਮੈਨੂੰ ਪਤਾ ਹੈਗਾ ਇਹ ਤੋਂ ਨਹੀਂ ਹੋਣਾ ਵਾਹਣ ਉਹ ਚੱਲ ਜਿਵੇਂ ਮਾਤਾ ਜੀ ਆ ਦੇ ਤੂੰ ਉਵੇਂ ਕਰ ਲਾ ਤੂੰ ਐਂ ਕਰ ਲਾ ਤੂੰ ਟਿੱਬੇ ਵਾਲਾ ਵਾਹਨ ਚੱਲ ਤੂੰ ਸਾਂਭ ਲੈ ਇਹਨੂੰ ਨਿਆਈ ਵਾਲਾ ਸਮਾਂ ਦੇ ਹੋਰ ਕੀ ਹੈ ਤੂੰ ਤਾਂ ਚੱਲ ਫਿਰ ਵੀ ਔਖਾ ਸੌਖਾ ਕਰ ਹੀ ਲਏਗਾ ਕਿਉਂ ਪਹਿਲਾਂ ਤੋਂ ਖੇਤੀ 'ਚ ਲੱਗਿਆ ਹੋਇਆ ਆਪਾਂ ਦੇਖਦੇ ਹੀ ਹੈਗੇ ਤੈਨੂੰ ਚੱਲ ਇਹਦਾ ਤੈਨੂੰ ਪਤਾ ਹੈਗਾ ਵੀ ਚੱਲ ਜਿਹੋ ਜਿਹਾ ਹੈਗਾ ਹੈਗਾ ਸਰਪੰਚ ਸਾਹਿਬ ਚਲੋ ਜੋਡਾ ਜੋ ਵੀ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਆ ਹਾਂ ਪਤਾ ਹੀ ਇਹਦੇ ਚੱਲ ਪਰਿਵਾਰ 'ਚ ਚੱਲ ਜਿੰਨੀ ਬਣੀ ਰਹੀ ਖੇਤ ਆ ਨਾ ਨਹੀਂ ਵਾਲਾ ਮੈਂ ਮਿੱਟੀ ਨਾਲ ਮਿੱਟੀ ਹੋ ਕੇ ਤਿਆਰ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹਾਂ ਉਹ ਤਾਂ ਗੱਲ ਠੀਕ ਹੈ ਚਲੋ ਕੋਈ ਗੱਲ ਨਹੀਂ ਜੀ ਜਿਵੇਂ ਤੁਹਾਡੀ ਮਰਜ਼ੀ ਆ ਚੱਲ ਮਾਤਾ ਜਿਵੇਂ ਤੁਸੀਂ ਆਖਦੇ ਹੋ ਉਵੇਂ ਹੀ ਆਪਾਂ ਕਰ ਦਿੰਨੇ ਹੈਗੇ ਬਸ ਠੀਕ ਹੈ ਜੀ ਉਵੇਂ ਹੀ ਕਰ ਦਿਓ ਐਵੇਂ ਕੱਲ ਨੂੰ ਫੇਰ ਕਲੇਸ਼ ਪੈਂਦਾ ਫਿਰ ਇਹਨਾਂ ਦਾ ਹਾਂ ਹਾਂ ਉਹ ਤਾਂ ਸਹੀ ਗੱਲ ਆ ਜੀ ਫਿਰ ਕਲੇਸ਼ ਤਾਂ ਹੁਣ ਨਿਬੇੜਨੀ ਆ ਕਿਸੇ ਹਿਸਾਬ ਨਾਲ ਹੀ ਨਿਬੇੜਨਾ ਹੋਇਆ ਚੱਲ ਜਿਵੇਂ ਤੁਹਾਡੀ ਪਰਿਵਾਰ ਦੀ ਚਾਰ ਰਜਾਮੰਦੀ ਹੋ ਜਾਓ ਸਾਰਿਆਂ ਦਾ ਵਧੀਆ ਹੁੰਦਾ ਹਾਂ ਕਲੇਸ਼ ਹੀ ਨਿਬੇੜਨਾ ਹੋਰ ਕੋਈ ਉਹ ਨਹੀਂ ਹੈਗਾ ਨਾ ਕੁਛ ਮੈਨੂੰ ਜ਼ਿਆਦਾ ਮਿਲੇ ਨਾ ਕੁਛ ਇਹਨੂੰ ਨਾ ਉਹਨੂੰ ਕਲੇਸ਼ ਨਿਬੇੜ ਦਿਓ ਬਸ ਜਿਹੜਾ ਕੁਛ ਮਿਲਣਾ ਸੀ ਉਹ ਤਾਂ ਮੈਂ ਮਿਲ ਗਿਆ 5 ਕਿੱਲੇ ਥੋੜੇ ਤੈਨੂੰ ਚੱਲ ਕੋਈ ਗੱਲ ਨੀ ਉਹ ਤਾਂ ਫੇਰ ਵੀ ਸਹਿਮਤ ਹੋ ਗਿਆ ਜਿਵੇਂ ਤੂੰ ਆਖਿਆ ਗਾ ਉਵੇਂ ਕਰ ਲਿਆ ਲਿਖ ਲਿਖਾ ਕਰਾਂਗੇ ਚੰਗੀ ਤਰ੍ਹਾਂ ਇਹ ਨੀ ਹੈਗਾ ਵੀ ਕੱਲ ਨੂੰ ਫੇਰ ਐਵੇਂ ਲੜਾਈ ਪੈਂਦੀ ਫਿਰ ਇਹਨਾਂ ਦੀ ਮੇਰੇ ਵੱਲੋਂ ਤੁਹਾਨੂੰ ਕੋਈ ਲਾਂਭਾ ਨੀ ਆਊਗਾ ਉਹ ਤਾਂ ਤੇਰੇ ਵੱਲੋਂ ਤਾਂ ਕਾਹਨੂੰ ਲਾਂਭਾ ਆਉਂਦਾ ਹੈਗਾ ਆਪਾਂ ਤੇਰੇ ਨਾਲ ਪਹਿਲਾਂ ਵੀ ਕੋਈ ਗੱਲ ਨੀ ਪਿੰਡ 'ਚ ਬੰਦੇ ਦਾ ਪਤਾ ਹੀ ਹੁੰਦਾ ਹਰੇਕ ਦਾ ਜੇ ਮੈਨੂੰ ਟਿੱਬਿਆਂ ਵਾਲਾ ਖੇਤ ਦਿੱਤਾ ਨਾ ਮੈਂ ਉਹਨੂੰ ਵੀ ਆਪਦੀ ਮਾਂ ਸਮਝ ਕੇ ਮਿੱਟੀ ਨੂੰ
कर लूंगा उ खेती कोई गल नहीं जिम्मे भी मर्जी करा साल हो जाऊ मेरा दो साल हो जाऊ सैट हो जाऊ मेरा मैं कर लू प्यो देख ला अगे मैं हरिद्वार बल दू क्यों वो जाना इतने हम की है की हाज मैं सुख सुख क्यों की है दारू पीने हट जे ये लिख लिखा कर दो मैं सहन कर दू चल कोई गल नहीं का लिख लिखा सारा कुछ तैयार कर देंगे बस तू आके अपने इतने दफ्तर च गेरा सहन कर दी इतने ठीक है बापू मां ने करवा धक्का ही दिता तेन पता कि मैं मिट्टी ना मिट्टी हो गया खेत तैयार किए पता ही है पुत मैं मैनू कड़ा पता नहीं बस कहने होंगे एक सावर बाटा हों मैं बस एक बोलता नहीं मैं ए की वो टिक जे तो ठीक है उन्हें कड़ा कुछ करना गा कुछ नहीं करना उन्हें तो दारू ही पीनी है कोई गल नहीं बापू बस तू सबर रख तू सारा कुछ मैंने पता इसे सारी लुट हो जूगा तू कर लेगा उदो तो सारी उम्र उ लंकता रहा उतो नहीं फसा है तू हम तेन पता ही है वो रेह रू पा ली बस करा करू ला के उन्हें लोट कर ली है तू कर ली खा बजा करके वो तो उत्थे डक्का नहीं होना सी तू ए ना समझ भी मैं वो मैं तो वो बस एक फसया तेन पता कि नहीं मैं तेरे नाल ही तू ए समझ गया तो ए ना समझ बापू वो आ चल ठीक है बापू कोई गल नहीं मैं फिर मारदा खेत खुद जो मेरा ट्रैक्टर आने पुछ के आना डिब्बे भी चुकाने पैणगे फिर तेन पता ही है हाँ वो तुम्हें चुकाने तो पैणगे किमें ना किमें करके किला तो जाऊ चार किले ही रह जाएंगे तेन पता मेरे को फिर हम कोई पूंजी भी है नहीं जमा कितने चलो कोई गल नहीं तो गल समझ गया जी हाँ किवें पैणो किवें पैणा फैसला ये करता आपा नाई वाला कड़ा बड़ा पण मिल गया आ तां बाली वधिया मैं तो उम्मीद ही नहीं सी भी तुसी आ वाली जमीन ले लोगे तो मैनूं ही समझदी जे दारू पीना है तां नहीं मेरा दिमाग खोखला हो गया चला तां वधिया अच्छा मेरी गल सुनो रोटी ले आवां तुहाडे लई रोटी दे बस यार मैं गल सुन तू मेरी आपां नूं फसल ते ओह बीजी बैठा अतके हां ठीक है आपां हुण बीबू भी चाहिए बीजनी भी चाहिए पैसे भी चाहिए ते हुण पैसे दा इंतजाम कर किसे पासे अच्छा वो तो वध करके दिखाउणी आपां फसल जमीन ना टेंशन लो मैं गई आ ना कर दियां कोई हिला ते पैसे दा कर इंतजाम किसे पासे जा ओहदे भरा तों पुछ लै कोई ना कोई तां हिला करूंगी मैं तुसी ना टेंशन लो ਤੁਸੀਂ ਇਹਦਾ ਰੋਟੀ ਲਿਆਵਾਂ ਪਹਿਲਾਂ ਮੈਂ ਨਾ ਰੋਟੀ ਨਹੀਂ ਮੈਂ ਖਾਣੀ ਮੈਂ ਕਮੜਾ ਕੰਮ ਜਾ ਕੇ ਆਉਣਾ ਹੁਣ ਪੀਣ ਨਾ ਬਗ ਜੇ ਤੁਸੀਂ ਕਿਤੇ ਉਹ ਨਹੀਂ ਪੀਂਦਾ ਹੁਣ ਮੇਰਾ ਦਿਮਾਗ ਖਰਾਬ ਹੁਣ ਦਾਰੂ ਪੀਊਂਗਾ ਮੈਂ ਹੁਣ ਨਹੀਂ ਪੀਂਦਾ ਦਾਰੂ ਮੈਂ ਅੱਛਾ ਠੀਕ ਆ ਨਾ ਤੂੰ ਆਏ ਸਿਰ ਚਿੱਟੀ ਪਿਆ ਉਹ ਸਿਰ ਨਾ ਛੱਟਾ ਤਾਂ ਹੋਰ ਕੀ ਕਰਾਂ ਕਿਉਂ ਕੀ ਹੋ ਗਿਆ ਤੂੰ ਐ ਦੇਖ ਮਿਹਨਤ ਤਾਂ ਕਿਹੜੇ ਨੇ ਕਰੀ ਆ ਤੇ ਬਾਹਾਂ ਕਿਹੜੇ ਨੇ ਸਮਾਈ ਜਾਂਦੀ ਆ ਮਾੜਾ ਮੋਟਾ ਰੱਬ ਤੋਂ ਡਰ ਆ देख ला किधर की मारिया जिदे हो गए अड तो उ भावे सदेहा हो गए चाहे लेट हो गए अड तो होंगे सब देते पुत धियां मारी जाने आप सदेहा रिश्तेदारी जाना भी कुछ सदेहा पा गया लेट पा गया जा खेत जाना आप ही होगा सदेहा होगा सदेहा जे देती जमीन फिर की हो गया अपा मैं उन्होंने दूंगी पता जे कुछ कुछ इधर उधर करूगा कोई गल नहीं हूं मेरे ती गल पई है ना सारी भी मां ने चमड़ाया चमड़ाने की गल नहीं करता मैं जमीन ही देनी सी उन्होंने देनी सी बेकार जी जमीन आ गई वो दें फिर मैं मानता अपने उसे मत्था मारी जाता इन्हें तो कम कार करके बनाई है खेत जाके कड़ा नहीं पहली बार तेन आई नहीं पता मेरा खेत है कितने कि बट लगती है कोई नहीं मेहनत कर लू फिर तो नहीं मेहनत आती ज्यादा करू कोई ये जी करी लगा अपन दिखती है फिर दिखती है बस जो तुम पता मेरे मेरे सराग पुत यह जा फिर उन्होंने उ करो फिर मैं ये गल गुठा देना फिर दे देन की कसा जो गल गुठा तो चंगा कोई नी जे हुण उहनूं इहने भोरन लगे शुरू करन लगे मैं इहनूं दे दूंगी लस्सी तू देखी जाई तू भी इत्थे आ ते मैं भी इत्थे आ कोई गल नहीं मैं तां किरण आपां तां उहनूं किते कहा नहीं ना बुलाया गा मैं तां ना उहनूं बुलावां उहनूं मेरे दारू वाले बंदे नूं नहीं बुलाउंदा
ਆਪਾਂ ਤਾਂ ਪਰਮਾਤਮਾ ਨਾਲ ਬਿਰਤੀ ਲੱਗੀ ਵੀ ਸੱਚੇ ਪਾਤਸ਼ਾਹ ਨਾਲ ਇਹੋ ਜਿਹੇ ਬੰਦੇ ਨਾਲ ਮੈਂ ਗੱਲ ਨਹੀਂ ਕਰਦਾ ਦਾਰੂ ਵਾਲੇ ਨਾਲ। ਤੈਨੂੰ ਤਾਂ ਬਈ ਸਰਦਾ, ਮੈਨੂੰ ਨਹੀਂ ਨਾ ਸਰਦਾ। ਸਰਦਾ ਕਿਉਂ ਨਹੀਂ ਸਰਦਾ? ਤਾਂ ਕਿਸੇ ਨੂੰ ਨਹੀਂ ਹੁੰਦਾ, ਹਜੇ ਤਾਂ ਮੇਰੇ ਹੀ। ਪਰ ਮੈਨੂੰ ਐਂ ਨੀ ਪਤਾ ਮੇਰਾ ਹੋ ਕੇ ਆਹ ਕੁਛ ਕਰੂਗਾ, ਦਾਰੂਆਂ ਪੀਊਗਾ। ਮੈਂ ਤਾਂ ਨੀ ਸਿਖਾਇਆ ਉਹਨੂੰ ਵੀ ਪੀ ਲਿਆ ਕਰ ਮੂੰਹ ਤੋਂ, ਮੈਂ ਨੀ ਸਿਖਾਇਆ। ਉਹ ਕੰਜਰ ਨੂੰ ਖਬਰ ਹੈ ਬਾਹਰ ਇਹੋ ਜਿਹੇ ਮਿਲਦੇ ਦੋਸਤ ਨੂੰ ਜਿਨ੍ਹਾਂ ਨਾਲ ਉਹਨੂੰ ਸੁਭਾਅ ਪੈ ਗਿਆ। ਬਈ ਜੇ ਸੁਭਾਅ ਪੈ ਗਿਆ ਤੂੰ ਨਹੀਂ ਸਿਖਾਇਆ, ਅਗਲੇ ਨੂੰ ਸਿੱਧੇ ਮਾਰਦੀ ਚੱਕ ਬਈ ਜਿੱਥੇ ਜਾਣ ਜਾ, ਮੈਂ ਤੇਰੇ ਨਾਲ ਨਹੀਂ ਖੜਦੀ। ਉਦੋਂ ਚੌਧਰ ਨਾ ਹੋਵੇ ਉਦੋਂ ਮੈਂ ਤਾਂ ਉਹਦੇ ਨਾਲ ਹੀ ਰਹੂੰਗੀ। ਓਹੋ ਮੈਂ ਤਾਂ ਦੱਸਾਂ ਗੱਲ, ਤੂੰ ਵੱਡੇ ਮੁੰਡੇ ਨੂੰ ਕਿਤੇ ਵੱਡਾ ਮੁੰਡਾ ਸਮਝੇ ਨੀ ਗਾ। ਅਸਾਂ ਆਖਰ ਗੱਲ ਤੈਨੂੰ ਮੈਂ ਦੱਸਦਾ ਗੱਲ ਕੀ ਹੈ। ਕਿਉਂ ਉਹ ਬਾਹਰੋਂ ਲੈ ਕੇ ਆਈ ਸੀ ਬੜੀ? ਬਾਹਰੋਂ ਦਾ ਨਹੀਂ ਪਤਾ, ਮੈਨੂੰ ਅੰਦਰੋਂ ਦਾ ਨਹੀਂ ਪਤਾ। ਜਿਹੜੀ ਪਿਛਲੀ ਗੱਲ ਹੈ ਮੈਨੂੰ ਸਭ ਪਤਾ ਹੈਗਾ। ਤੂੰ ਪਹਿਲੇ ਦਿਨ ਤੋਂ ਹੀ ਮੈਂ ਦੇਖਿਆ ਤੂੰ ਦਰਾਬ ਤੇ ਰੱਖੀ ਹੈ। ਲੈ ਲੈ ਦੇਖ ਲਾ, ਜੋ ਤੂੰ ਹੀ ਐਂ ਬੋਲੀ ਜਾਂਦਾ ਤੇ ਬਗਾਨੀਆਂ ਧੀਆਂ ਤਾਂ ਕਹਿਣਗੀਆਂ ਵੀ ਸੱਚੀ ਗੱਲ ਹੈ, ਬੁੜਾ ਸੱਚੀ ਕਹਿੰਦਾ। ਸੱਚੀ ਮੈਂ ਕਿਹੜਾ ਝੂਠ ਕਹਿਣਾ? ਤੂੰ ਰਹਿਣ ਦੇ ਤੂੰ ਗੱਲ ਚੱਜ ਦੀ ਕਰ ਲਿਆ ਕਰ, ਕੋਈ 2 ਮਿੰਟ ਚ ਕੋਲੇ ਬਹਿ ਜਾਈਏ ਨਾ, ਤੇਰੇ ਆਹੀ ਚੱਲਦਾ ਤੇਰਾ ਬਸ ਕੰਮ, ਲੜਾਈ ਕਰਦਾ ਆਹੀ ਨੀ ਕਰਦਾ। ਜੇ ਤੂੰ ਸੱਚੀ ਹੁੰਦੀ ਕਹਿੰਦੀ ਲੈ ਭਾਈ ਜਿਹੜੀ ਜ਼ਮੀਨ ਉਹ ਆ ਇਹਨੇ ਸਮਾਰੀ ਹੈ, ਇਹਨੂੰ ਦੇ ਚੰਗੀ ਜ਼ਮੀਨ, ਇਹਨੇ ਮਾਰਿਆ ਦਿਨ ਰਾਤ ਮੱਥਾ, ਇਹ ਆਪੀ ਕਰ ਦੂ ਇਹਨੂੰ ਦੇ ਟਿੱਬੇ ਵਾਲੀ, ਫੇਰ ਤੈਨੂੰ ਮੈਂ ਮੰਨਦਾ ਗੱਲ ਵੀ ਬਾਕੀ ਠੀਕ ਹੈ ਦੀ ਗੱਲ ਆ। ਕਿਹੜਾ ਗੱਲ ਦਾ ਚੰਗਾ ਫੈਸਲਾ ਕਰ ਰਿਹਾ ਤੂੰ? ਦੱਸ ਦੇ ਚੱਲ ਮੈਂ ਤੇਰੀ ਮੰਨ ਲੈਂਦਾ। ਉਹ ਗੱਲ ਸੁਣ, ਉਹ ਵੱਡਾ ਮੁੰਡਾ ਜਿਹੜਾ ਮਿਹਨਤੀ ਹੈ, ਉਹ ਤਾਂ ਉਹਨੂੰ ਵੀ ਉਹ ਬਣਾ ਦੂਗਾ, ਰੌਣੀ ਵਾਲੀ ਵਧੀਆ ਜ਼ਮੀਨ ਬਣਾ ਦੂਗਾ। ਤੂੰ ਐਂ ਕੋ ਕਰੀ ਜਾਂਦਾ, ਦੋ ਹੱਥ ਉਹਦੇ ਦੀ ਗੱਲ ਟੁੱਟੇ ਵੇ ਆ, ਪਾਕੇ ਨਿਕਲੇ ਵੇ ਦੇ ਟੁੱਟੇ ਹੀ ਲਾ ਲਾ ਇਹਦੇ ਤਾਂ। ਗੱਲਾਂ ਮਾਰਦੀ ਆ ਚੌਧਰ ਕਰਦੀ ਆ ਕੇ, ਫੇਰ ਕਹੂੰ ਤੂੰ ਬੋਲਦਾ ਗਾ। ਮੈਂ ਕੀ ਚੌਧਰ ਕਰਦੀ ਆ, ਮੈਂ ਤਾਂ ਟਾਈਮ ਪਾਸ ਕਰਦੀ ਆ। ਉਹ ਵੀ ਕਰਨ ਦਿੰਦੇ ਨੀ, ਉਹ ਬਹੂਆਂ ਨੇ ਤਾਂ ਚੜ ਚੜ ਆਉਂਦੀ, ਇੱਕ ਦੂਜੇ ਦੀ ਗੱਲ ਨੀ ਡਿੱਗਣ ਦਿੰਦੇ ਆ, ਉਹ ਉਹਦੇ ਉੱਤੋਂ ਦੀ ਉਹ ਉੱਤੋਂ ਦੀ। ਬਈ ਜਦੋਂ ਤੂੰ ਪੁੱਠੇ ਕੰਮ ਕਰਦੀ ਫਿਰ ਕਹਿਣਗੀਆਂ ਗੱਲਾਂ ਤਾਂ। ਜੇ ਇਹੋ ਜਿਹਾ ਹੈਗਾ ਤਾਂ ਮੈਂ ਸਾਰੇ ਨੀ ਸੁਣਦੀ ਆ, ਝੱਲਦੀ ਆ ਵੀ ਉਹ ਜਾਣੇ, ਟਾਈਮ ਨਿਕਲ ਜੇ, ਪਰ ਟਾਈਮ ਨਿਕਲ ਨੀ ਦਿੰਦੇ ਨੀ। ਹੁਣ ਤਾਂ ਤੂੰ ਵੀ ਨੀ ਘੱਟ ਗੁਜ਼ਾਰਦਾ ਮੇਰੇ ਨਾਲ, ਉਹ ਟਾਈਮ ਆਈ ਨੀ ਨਿਕਲਦਾ ਹੁੰਦਾ ਵੀ ਇੱਕ ਤਾਂ ਫਾਇਦਾ ਕਰਦੇ ਇੱਕ ਤਾਂ ਨੁਕਸਾਨ ਕਰਦੇ। ਗੱਲ ਕਰੋ ਫਾਇਦੇ ਦੀ, ਕੋਈ ਵੀ ਆ ਕੀ ਹੋ ਗਿਆ, ਮੈਂ ਬੋਲਦਾ ਨੀ, ਘਰ ਚੁੱਪ ਕਰਕੇ ਬੈਠਾ ਰਹਿਣਾ, ਦਿਨਾਂ ਦਾ ਸਾਰਾ ਕੁਛ ਕੀ ਹੋਈ ਜਾਂਦਾ ਗਾ। ਤੇ ਬੋਲ ਪੈਂਦਾ ਸਰਪੰਚ ਆਏ ਜੀ, ਉਦੋਂ ਗੱਲ ਕਰਦਾ ਇਹ, ਉਹ ਮੇਰੇ ਨਾਲ ਮਾਰੀ ਜਾਂਦਾ ਭਕਾਈ। ਉਦੋਂ ਤਾਂ ਪਹਿਲੇ ਤੇਵੇ ਲਾਈ ਬੈਠੀ ਸੀ ਸਰਪੰਚ ਨੂੰ, ਬੋਲਣ ਨੂੰ ਨਹੀਂ ਦਿੱਤਾ, ਮੈਨੂੰ ਤਾਂ ਨਿਆਈ ਵਾਲਾ ਦੇ ਜੋ। ਲੈ ਉਹ ਤਾਂ ਅਜੇ ਬੋਲਿਆ ਵੀ ਨਹੀਂ ਸੀਗਾ, ਪਹਿਲਾਂ ਵੀ ਆ ਮੁੰਡੇ ਨੂੰ ਨਿਆਈਆਂ ਦੇ ਜੋ। ਉਹ ਤਾਂ ਜੱਟ ਦੇ ਨਿਆਏ ਕਿਉਂ ਕਿਉਂ ਜੀ ਕਰਤਾ, ਉਹ ਤਾਂ ਨਿਆਈ ਵਾਲਾ ਪਹਿਲੇ ਦਿਸ ਗਿਆ, ਹਜੇ ਸਰਪੰਚ ਨੇ ਆਏ ਵੀ ਨਹੀਂ ਕਿਹਾ ਸੀ, ਦੱਸੋ ਭਾਈ ਕੀ ਗੱਲਬਾਤ ਆ। ਉਹ ਤਾਂ ਨਿਆਈ ਵਾਲੇ ਤਾਂ ਚੜ੍ਹ ਗਈ ਛੇਤੀ, ਉਦੋਂ ਤਾਂ ਉਹਨੇ ਵੀ ਨਹੀਂ ਕਿਹਾ ਸੀ ਨਿਆਈ ਵਾਲਾ ਚਾਹੀਦਾ, ਤੇਵੇ ਲਾਈ ਬੈਠੀ ਪਹਿਲਾਂ। ਇੱਥੋਂ ਆ ਲੱਸਣ ਤੋਂ ਮੈਨੂੰ ਸਾਹ ਲੱਗਦਾ ਕੌਣ ਕਿਹਦਾ ਕਰਦਾ ਗਾ, ਸਭ ਪਤਾ ਹੁੰਦਾ ਕੋਈ ਇਹਨਾਂ ਕੰਮਲਾ ਨਹੀਂ ਹੁੰਦਾ। ਦੇਖ ਮੇਰੀ ਗੱਲ ਸੁਣ ਲੈ, ਉਹ ਨਿਕੰਮਾ ਨਿਕਲ ਗਿਆ, ਉਹ ਮੈਂ ਨੀ ਕੀਤਾ ਨਿਕੰਮਾ, ਵੱਡਾ ਸਿਆਣਾ ਉਹ ਮੈਂ ਨੀ ਕੀਤਾ। ਇਹਦਾ ਜਵਾਕ ਦੇ ਦਿਮਾਗ 'ਚ ਆਪੇ ਹੀ ਹੁੰਦੇ ਵੀ ਆਹ ਕੁਛ ਮੈਂ ਕਰਨਾ ਹੈ ਤੇ ਆਹ ਬਣਾਉਣਾ, ਮੈਂ ਉਹਨੂੰ ਨੀ ਸਿਖਾਇਆ, ਮੈਂ ਉਹਨੂੰ ਨੀ ਸਿਖਾਇਆ। ਜੇ ਨਹੀਂ ਸਿਖਾਇਆ ਆਹ ਗੱਲ ਕਹਿ ਸਕਦੀ ਸੀ ਭਾਈ ਇਹਨੇ ਜ਼ਮੀਨ ਸਮਾਰੀ ਹੈ ਇਸੀ ਦੀ ਰਹੋ, ਉਹ ਦੂਜਾ ਆਪੇ ਮੱਥਾ ਮਾਰੀ ਜਾਊਗਾ, ਫੇਰ ਮੈਂ ਤੈਨੂੰ ਕਹਿੰਦਾ ਵੀ ਜਮਾਂ ਫਰਕ ਨਹੀਂ ਗਾ। ਹੁਣ ਕੀ ਹੋ ਗਿਆ, ਹੁਣ ਕਹਿੰਦੇ ਵੀ ਸਰਪੰਚ ਨੂੰ ਆਪਾਂ ਸੱਦ ਲੈਂਦੇ ਹਾਂ, ਕਹਿੰਦੇ ਲੈ ਭਾਈ ਬੱਟਾ ਸੱਟਾ ਕਰ ਦੇ, ਗਲਤੀ ਨੇ ਦਿੱਤੀ ਗਈ ਉਹ ਜ਼ਮੀਨ, ਹੁਣ ਦਵਾ ਦੇਂਗੇ ਤੂੰ? ਹੁਣ ਕੋਈ ਨੀ ਕਰਦੇ ਹੈਗੇ, ਰੋਜ਼ ਰੋਜ਼ ਹੀ ਉਹੀ ਪੰਗੇ ਪਾਉਣੇ। ਮੈਨੂੰ ਪਤਾ ਹੈਗਾ, ਬਸ ਜਿਹੜੇ ਹੋ ਗਿਆ ਬਸ, ਫੈਸਲਾ ਹੋ ਗਿਆ, ਫੈਸਲਾ। ਚੱਲ ਚੰਗਾ, ਮੇਰੇ ਦਿਮਾਗ ਨਾ ਖਾ, ਦਿਮਾਗ ਨਾ ਖਾ, ਮੇਰਾ ਦਿਮਾਗ ਪਹਿਲੇ ਹੀ ਹਿੱਲਿਆ ਪਿਆ, ਜੋ ਐਂ ਪਤਾ ਕਿਹੜੇ ਲੋਟ ਹਿੱਲ ਜੇ। ਤੂੰ ਹਰਦਵਾਰ ਵਗ ਜਾਗਾ, ਮੈਂ ਤਾਂ ਜਾਣਾ ਹੈ, ਵਗ ਜਾ, ਮੈਨੂੰ ਵੀ ਸੁਖ ਦਾ ਸਾਹ ਆਊਗਾ, ਸਿਆਪਾ ਪਿਆ ਰਹਿੰਦਾ ਸਾਰਾ ਦਿਨ ਤੇਰੇ ਨਾਲ, ਚਾਹ ਲੈ ਕੇ ਆਉਣੀ ਤਾਂ ਵੀ ਕਲੇ ਚ, ਰੋਟੀ ਲੈ ਕੇ ਆਉਣੀ ਤਾਂ ਵੀ ਕਲੇ ਚ, ਤੂੰ ਵਗ ਹੀ ਜਾ, ਮੈਨੂੰ ਵੀ ਸੁਖ ਦਾ ਸਾਹ ਮਿਲੇ। ਤੁਹਾਨੂੰ ਸੁਖ ਦਾ ਸਾਹ ਮਿਲਦਾ ਲੈ, ਇਦੋਂ ਬਾਅਦ ਮੈਂ ਤੁਹਾਨੂੰ ਘਰੇ ਨਹੀਂ ਦੀਨਾ ਕਿਸੇ ਨੂੰ। ਮੂਹਰੇ ਨਹੀਂ ਬੋਲਿਆ ਜਾਂਦਾ, ਬਾਕੀ ਤੈਨੂੰ ਪਤਾ ਮਾਂ ਕਿੰਨਾ ਪੱਖ ਲੈਂਦੀ ਆ, ਬਾਪੂ ਦਾ ਵੀ ਹੁਣ ਆਪਾਂ ਨੂੰ ਪਤਾ, ਬਾਪੂ ਦਾ ਫਸਿਆ ਵਾ ਵਿਚਾਰਾ, ਕੀ ਬੋਲੇ, ਬਾਪੂ ਨੇ ਵੀ ਰੋਟੀ ਖਾਣੀ ਆ ਕਿਸੇ ਪਾਸੋਂ। ਪਹਿਲਾਂ ਵੀ ਆਹ ਖੇਤਾਂ 'ਚ ਵੀ ਕਿੰਨੀ ਮਿਹਨਤ ਕੀਤੀ ਸੀ, ਹੁਣ ਇੱਥੇ ਤਾਂ ਟਿੱਬੇ ਟਿੱਬੇ ਨੇ, ਕਿਵੇਂ ਚੁਕਾਈ ਜਾਵੇਗਾ। ਚੱਲ ਕੋਈ ਨਾ, ਵਾਹਿਗੁਰੂ ਦੀ ਜੋ ਮਰਜ਼ੀ, ਕਰ ਲਾਂਗੇ ਹੌਲੀ ਹੌਲੀ। ਇੰਨੇ ਸਰੀਫ ਬੰਦੇ ਨੂੰ ਵੀ ਨਾ ਬੰਦਾ ਵੇਚ ਕੇ ਖਾ ਜਾਂਦਾ, ਵਾਲਾ ਵੀ ਨੀ ਭੋਲਾ ਬਣ ਕੇ ਰਹੀਦਾ ਹੁੰਦਾ ਗਾ। ਮੈਂ ਤੈਨੂੰ ਇਹ ਨੀ ਕਹਿੰਦੀ ਹੈਗੀ ਵੀ ਦਿੱਤੇ ਕਿਉਂ, ਪਰ ਬੋਲਣਾ ਸੀ ਮਾੜਾ ਮੋਟਾ ਤਾਂ, ਜੇ ਕਹਿੰਦੇ ਹੁੰਦੇ ਹਿੱਸਾ ਪੱਠਾ ਹੁੰਦਾ ਜਿਹੜਾ ਬਰਾਬਰ ਦਾ ਹੁੰਦਾ ਗਾ। ਸਰਪੰਚ ਪਿੰਡ ਦਾ ਮੋਹਤਵਾਰ ਆ, ਹੁਣ ਬਾਪੂ ਨੇ ਆਪਾਂ ਨੂੰ ਜਨਮ ਦਿੱਤਾ, ਬਾਪੂ ਪਿਓ ਆ, ਬਾਪੂ ਨੇ ਸਾਰੀ ਜ਼ਿੰਦਗੀ ਆਪਾਂ ਨੂੰ ਕਰਕੇ ਖਵਾਇਆ, ਇੱਥੋਂ ਜੋਗੇ ਕਰਤਾ ਬਾਪੂ ਨੇ ਏਡੇ ਏਡੇ, ਵੀ ਯਾਰ ਹਾਂ ਬਾਪੂ ਨੂੰ ਵੀ ਮਾਣ ਆ ਵੀ ਯਾਰ ਕਰ ਲਊਗਾ, ਕਰ ਤਾਂ ਲਵਾਂਗੇ, ਪਰ ਇਹ ਤਾਂ ਇਹ ਹੋ ਗਿਆ ਨਾ ਵੀ ਉਹਨੇ ਤਾਂ ਉਹ ਵੀ ਨਹੀਂ ਰੱਖਣੀ ਹੈਗੀ, ਪਤਾ ਮੈਨੂੰ ਰੱਖਣੀ
ਕੋਈ ਗੱਲ ਨਹੀਂ ਮੈਂ ਟਰੈਕਟਰ ਵਾਲ ਨੂੰ ਪੁੱਛ ਕੇ ਆਇਆ ਮੈਨੂੰ ਤਾਂ ਹੁਣ ਪ੍ਰਵੀਨ ਦਾ ਫਿਕਰ ਹੋਇਆ ਪਿਆ ਹੱਥਾਂ ਦੜ ਕੇ ਕਲੇਸ਼ ਹੁੰਦਾ ਸੀ ਇੱਧਰ ਤਾਂ ਆਪਾਂ ਫਿਰ ਵੀ ਟਕਾ ਦਿੰਦੇ ਸੀਗੇ ਉਹ ਚੱਲ ਕੋਈ ਨਾ ਤੂੰ ਬੇਫਿਕਰ ਹੋ ਜਾ ਆਪੇ ਹੁਣ ਦੇਖਾਂ ਲੈ ਬੇਬੇ ਦੇਖਾਂ ਤੇ ਪੱਟੀ ਪਤਾ ਨਹੀਂ ਕਾਹਦੀ ਬੰਨੀ ਹੋਈ ਹੈਗੀ ਉਹਨੂੰ ਤਾਂ ਇਹ ਤਾਂ ਨਹੀਂ ਦੇਖਦਾ ਹੈਗਾ ਮੇਰੇ ਪੁੱਤ ਦੀ ਜ਼ਿੰਦਗੀ ਖਰਾਬ ਹੋਈ ਜਾਂਦੀ ਹੈ ਬਗਾਨੀ ਧੀ ਦੀ ਜ਼ਿੰਦਗੀ ਖਰਾਬ ਹੋਈ ਜਾਂਦੀ ਹੈਗੀ ਉਹਦਾ ਹੀ ਪੱਖ ਲਈ ਜਾਂਦੀ ਹੈਗੀ ਚੱਲ ਕੋਈ ਨਾ ਬਾਪੂ ਨਾਲ ਵੀ ਲੜੀ ਜਾਂਦੀ ਸੀਗੀ ਕਹਿੰਦੀ ਨਿਕਲ ਜਾ ਘਰੋਂ ਜਾ ਕਿੱਧਰ ਕਿੱਧਰ ਜਾਣਾ ਸੀਗਾ ਵਗ ਜਾ ਆਪਦਾ ਚੱਲ ਕੋਈ ਨਾ ਯਾਰ ਦੇਖੀ ਜਾਓ ਤੂੰ ਐਂ ਕਰ ਚਾਹ ਚੂ ਬਣਾ ਘੁੱਟ ਤੇ ਆਪਾਂ ਦੇਖਦੇ ਹਾਂ ਚੱਲ ਬਣਾ ਲਾ ਉਹ ਟਰੈਕਟਰ ਵਾਲਾ ਵੀ ਆਉਣ ਵਾਲਾ ਹੋਊ ਮੈਂ ਜਾ ਕੇ ਆਇਆ ਉਹਦੇ ਕੋਲੇ ਚੁਕਵਾ ਕੇ ਡਿੱਬਾ ਦੇਖੀ ਜਾਊ ਕਿਹੜਾ ਚੱਲ ਦੇਖਦੇ ਹਾਂ ਕੀ ਬਣਦਾ ਗਾ ਜਿਵੇਂ ਵੀ ਹੋਇਆ ਫਸਲੀ ਆ ਮਾੜੀ ਹੋ ਗਈ ਤੇਰਾ ਗੱਲ ਸੁਣ ਬੇ ਉਹਨੇ ਤਾਂ ਟਿੱਬਿਆਂ ਵਾਲੀ ਵੀ ਇੰਨੀ ਵਧੀਆ ਬਣਾ ਲਈ ਝੋਟੇ ਸਿਰ ਵਰਗੀ ਬਣਾ ਲਈ ਜ਼ਮੀਨ ਤੇ ਤੂੰ ਜਿਹੜੀ ਵਧੀਆ ਬਣਾਈ ਹੋਈ ਸੀ ਉਹ ਵੀ ਫੂਕਤੀ ਅੱਧੀ ਤੇਰਾ ਬਣੂਗਾ ਕੀ ਬਣੂ ਐ ਤਾਂ ਦੱਸ ਦੇ ਬਣ ਜੂ ਮਾਂ ਆਪੀ ਕੋ ਸਾਰਾ ਕੋਈ ਬਣ ਜੂਗਾ ਬਣ ਜੂ ਸਵਾ ਤੂੰ ਬਾਲਾ ਜ਼ਿਆਦਾ ਉਹ ਕਰੀ ਜਾਂਦਾ ਪੱਟੀ ਮੇਜ਼ ਕਰਤੀ ਘਰ ਦੀ ਮੈਂ ਕੀਤੀ ਕਿ ਉਹਨਾਂ ਨੇ ਕੀਤੀ ਆ ਤਾਂ ਕਰੀ ਆ ਉਹਨਾਂ ਨੇ ਕੀ ਕਰੀ ਐ ਤੂੰ ਉਹਨਾਂ ਕਿੰਨੀ ਕਾ ਮੇਰੇ ਨਾਲ ਦੇ ਤੂੰ ਵੀ ਹਾਂ ਤਾਂ ਤੇਰੇ ਨਾਲ ਹੁਣ ਤਾਂ ਮੈਂ ਤੈਨੂੰ ਆਏ ਸਮਝ ਲੈ ਸਮਝਾਉਣੀ ਐ ਕੀ ਕਹਿਣੀ ਐ ਵੀ ਤੂੰ ਆਪਦਾ ਦਿਨ ਦੇਦੀ ਸੀ ਨਾ ਵਧੀਆ ਜ਼ਮੀਨ ਸਾਂਭ ਲੈਂਦਾ ਸਾਮੀ ਹੋਈ ਆ ਹੁਣ ਕੀ ਹੋਇਆ ਉਹਨੂੰ ਕੀ ਸਾਮੀ ਅੱਧੀ ਤਾਂ ਡਾਤੀ ਤੂੰ ਕੋਈ ਗੱਲ ਨਹੀਂ ਪਤਾ ਹੀ ਬਦਲਿਆ ਐ ਚੱਲਦਾ ਹੀ ਰਹਿੰਦਾ ਮਾੜਾ ਮੋਟਾ ਤੇ ਚੱਲਦਾ ਰਹਿੰਦਾ ਚੱਲਦਾ ਕਿੰਨੇ ਨੇ ਪੰਜ ਚੋਂ ਤਿੰਨ ਹੀ ਰਹਿ ਗਈ 2 ਕਿੱਲੇ ਤਾਂ ਡਾਤੀ ਤਿੰਨ ਤਾਂ ਹੈਗੇ ਨਾ ਅਜੇ ਹਾਂ ਫੇਰ ਉਹ ਵੀ ਐਂ ਕਰ ਦੇਗਾ ਤੂੰ ਨਹੀਂ ਕਰਦਾ ਤੇ ਜੇਰ ਕਿੰਨਾ ਹੋਇਆ ਡੈਨ ਮੈਨੂੰ ਐ ਦੱਸ ਬਹੁਤ ਟਾਈਮ ਹੋ ਗਿਆ ਅਜੇ ਵੀ ਬਹੁਤ ਟਾਈਮ ਮੈਨੂੰ ਇਹ ਚੰਗੇ ਨਹੀਂ ਲੱਗਦੇ ਘਰ ਚ ਫਿਰਦੇ ਇਹਨੂੰ ਹੱਟ ਕਰ ਅੱਛਾ ਘਰ ਚਾਹੀਦਾ ਹੁਣ ਇਹਨੂੰ ਘਰ ਵੀ ਬਣਾ ਕੇ ਦੇਵਾਂ ਓਹ ਵਾਹਿਗੁਰੂ ਵਾਹਿਗੁਰੂ ਮੈਨੂੰ ਇਹ ਚੰਗਾ ਨਹੀਂ ਲੱਗਦਾ ਘਰ ਘਰ ਚ ਦਿਸਣਾ ਨਹੀਂ ਚਾਹੀਦਾ ਮੈਨੂੰ ਅੱਡ ਦੋ ਕਰਾ ਦੇ ਸਿੱਧੀ ਗੱਲ ਪਹਿਲਾਂ ਜ਼ਮੀਨ ਬਣਾ ਲਈ ਹੁਣ ਕਹਿੰਦਾ ਘਰ ਚ ਘਰ ਵੀ ਬਣਾ ਦੇ ਆਹ ਘਰ ਮੈਨੂੰ ਚਾਹੀਦਾ ਉਹ ਦਵਾ ਦੇ ਪਿਛਲਾ ਘਰ ਉਹਨੂੰ ਪਰ ਇਹ ਕੀ ਜਿਹੜੀ ਮਾੜੀ ਆ ਉਹ ਉਹਨੂੰ ਦਵਾ ਦੇ ਹੈ ਉਹ ਤਾਂ ਪਤਾ ਨਹੀਂ ਕਿਹਦੇ ਕਰਕੇ ਨਹੀਂ ਬੋਲਦਾ ਕੋਈ ਗੱਲ ਨਹੀਂ ਤੂੰ ਕਹੀ ਨਾ ਪਹਿਲਾਂ ਵੀ ਤਕੜੀ ਕਰ ਲਈ ਹੁਣ ਵੀ ਤਕੜਾ ਕਰ ਲੂ ਆਦਾ ਘਰ ਉਹਨੂੰ ਅੱਛਾ ਉਹਨੂੰ ਮਾਰਨਾ ਜਮੀ ਕੁਝ ਨਹੀਂ ਮੈਂ ਜੇ ਤੇਰੀ ਨਹੀਂ ਮਰਦਾ ਨਹੀਂ ਮਰਦਾ ਉਹ ਤੇਰੀ ਮਦਦ ਕਰੀ ਜੇ ਨਹੀਂ ਆਇਆ ਨਹੀਂ ਉਹ ਤੇ ਇੰਨੇ ਨੇ ਜ਼ੁਲਮ ਕਰੀ ਜਾਂਦਾ ਜ਼ੁਲਮ ਕੀ ਆ ਤੇ ਹੋਰ ਕੀ ਸਵਾ ਉਹ ਕੰਮ ਕਰ ਲੂਗਾ ਮੈਥੋਂ ਕੰਮ ਨਹੀਂ ਹੁੰਦਾ ਕਰ ਲੂਗਾ ਕੁਝ ਨਹੀਂ ਹੁੰਦਾ ਕਰ ਲੈ ਕੰਮ ਤੇਰੇ ਹੱਥ ਟੁੱਟੇ ਮੈਂ ਤੂੰ ਗੱਲ ਸਰਪੰਚ ਨੂੰ ਬੁਲਾ ਤੇ ਕਰ ਦਵਾ ਸਿੱਧੀ ਗੱਲ ਆ ਸਰਪੰਚ ਮੈਂ ਤੂੰ ਬੜਾ ਮੱਥਾ ਨਹੀਂ ਵੱਜਦਾ ਤੇਰੇ ਨਾਲ ਮੈਨੂੰ ਤਾਂ ਸ਼ਰਮ ਆਉਂਦੀ ਐ ਮੇਰਾ ਸਿਰ ਨੀਵਾ ਕਰਾਤਾ ਕੰਜਰਾ ਤੂੰ ਉਹ ਨਹੀਂ ਹੁੰਦਾ ਮੈਂ ਕਰ ਲੂੰਗਾ ਕਰਿਆ ਤਾਂ ਹੈ ਨਹੀਂ ਜਮੀਨ ਵਧਾਈ ਐ ਵਧਾਈ ਤਾਂ ਨਹੀਂ ਹੁਣ ਵਧਾ ਲੂੰਗਾ ਮਾਫੀ ਵਧਾ ਲੂੰਗਾ ਤੂੰ ਵਧਾਏਂਗਾ ਸਵਾ ਤੈਨੂੰ ਮੈਂ ਕਹਿਦਾ ਸਰਪੰਚ ਨੂੰ ਬੁਲਾ ਸਿੱਧੀ ਗੱਲ ਨਹੀਂ ਤੇ ਕਤਲ ਹੋ ਜਾਊਗਾ ਹੋਰ ਤੂੰ ਤਾਂ ਕੁਝ ਹੋਰ ਨਾ ਕਰ ਦੇ ਕਿਤੇ ਬਾਲਾ ਹੀ ਚੰਬਲਿਆਗਾ ਸਰਪੰਚ ਨੂੰ ਬੁਲਾ ਸ਼ਰਮ ਆਉਂਦੀ ਐ ਸਾਨੂੰ ਤਾਂ ਤੈਨੂੰ ਤਾਂ ਆਉਂਦੀ ਨਹੀਂ ਹੱਥ ਨਹੀਂ ਆ ਜਾਂਦਾ ਡੱਕ ਕੇ ਪੀ ਕੇ ਮੂਤ ਕੰਜਰ ਕਿਸੇ ਤਾਂ ਚੜ੍ਹਦੀਆਂ ਤਾਂ ਮੈਨੂੰ ਬਥੇਰੀਆਂ ਨਾਲੇ ਤਾਂ ਪਿਓ ਤੋਂ ਸੁਣਦੀਆਂ ਨਾਲੇ ਉਹ ਵੱਡੇ ਤੋਂ ਸੁਣਦੀਆਂ ਵੀ ਇਹਨੇ ਚਮੜਾਤਾ ਨਾਲੇ ਉਹ ਬਗਾਨੀਆਂ ਧੀਆਂ ਤੋਂ ਸੁਣਦੀਆਂ ਜੇ ਇਹੋ ਜਿਹਾ ਹੈਗਾ ਕੰਜਰਾ ਤਾਂ ਹੀ ਸੁਣਦੀਆਂ ਮੈਂ ਫਿਰ ਤਾਂ ਇਹੋ ਜਿਹਾ ਜੀ ਕਰਦਾ ਵੀ ਦੇਸ਼ ਨਿਕਾਲਾ ਲੈ ਲਾ ਹਾਂ ਦੱਸੋ ਬਈ ਅੱਜ ਫੇਰ ਕਿਵੇਂ ਇਕੱਠ ਕਰ ਲਿਆ ਹੁਣ ਉਹ ਸਰਪੰਚ ਦਾ ਨੂੰ ਤਾਂ ਪਤਾ ਹੀ ਹੈ ਇਹਦਾ ਬਿਨਾਂ ਗੱਲਬਾਤ ਤੋਂ ਕਲੇਸ਼ ਆਉਣ ਤਾਂ ਇੱਕ ਤੇਰੇ ਸਾਹਮਣੇ ਜਿਹੜੀ ਜ਼ਮੀਨ ਉਹਨੇ ਕਿਹਾ ਸੀ ਆਪਾਂ ਉਹ ਦਿੱਤੀ ਕਿ ਨਾ ਦਿੱਤੀ ਹਾਂ ਹਾਂ ਉਹ ਤਾਂ ਸਾਰਿਆਂ ਸਾਹਮਣੇ ਗੱਲ ਹੋਈ ਆਪਾਂ ਲਿਖ ਲਿਖਾ ਕਰਿਆ ਹੈਗਾ ਬਸ ਫਿਰ ਉਹਨੇ 2 ਘਰ ਆਪਣੇ ਕੋਲੇ ਇੱਕ ਆਹਗਾ ਇੱਕ ਉਹ ਪੁਰਾਣਾ ਹਾਂ ਹਾਂ ਹੁਣ ਇਹ ਕੀ ਹੈ ਰੱਟ ਫੜੀ ਬੈਠੇ ਆ ਆਹ ਮਾਂ ਵੀ ਨਾਲੀ ਵਾਲੀ ਵੀ ਹੈ ਇਹ ਨਹੀਂ ਕਹਿੰਦੀ ਇਹਨੂੰ ਮਾੜਾ ਮੋਟਾ ਸਮਝਾ ਦੇ ਅਕੇ ਮੈਨੂੰ ਤਾਂ ਚੰਗਾ ਘਰ ਚਾਹੀਦਾ ਮਾੜਾ ਇਹਨੂੰ ਦੇ ਦੇ ਤੂੰ ਦੱਸ ਵੀ ਇਹ ਆਏ ਵਾਰ ਕਿਵੇਂ ਹੋ ਜਾਊਗਾ ਬਾਪੂ ਗੱਲ ਸੁਣ ਲੈ ਮੇਰੀ 1 ਮਿੰਟ ਨਹੀਂ ਦਿੰਦਾ ਇਹਦਾ ਦਿੱਤਾ ਨਾ ਕਰੋੜਾਂ ਰੁਪਏ ਕਮਾ ਗਿਆ ਇਹ ਕਾਕਾ 1 ਮਿੰਟ ਗੱਲ ਸੁਣ ਇਹ ਤਾਂ ਹੁਣ ਦੇਖ ਤੇਰੀ ਨਾਇਨਸਾਫੀ ਵਾਲੀ ਗੱਲ ਹੈਗੀ ਉਦੋਂ ਤੂੰ ਨਈ ਵਾਲੀ ਜ਼ਮੀਨ ਆਪਦੀ ਮਰਜ਼ੀ ਨਾਲ ਆਪਦੇ ਕੋਲੇ ਰੱਖੀ ਹੈ ਤੈਨੂੰ ਟਿੱਬਾ ਸਮਾਇਆ ਸੀਗਾ ਮੈਨੂੰ ਧੱਕੇ ਨਾਲ ਦਿੱਤੀ ਹੈ ਧੱਕੇ ਨਾਲ ਕੋਈ ਨਹੀਂ ਲਿਖ ਲਿਖਾ ਪਿਆ ਹੈਗਾ ਸਾਰੇ ਕਾਗਜ਼ ਪੱਤਰ ਪਏ ਆਪਣੇ ਕੋਲੇ ਸਾਰਿਆਂ ਦੀਆਂ ਤੇਰੇ ਵੀ ਸਾਈਨ ਹੋਏ ਹੋਏ ਉਹਦੇ ਤੇ ਤੈਨੂੰ ਵੀ ਪਤਾ ਹੈਗਾ ਉਦੋਂ ਤੂੰ ਮਰਜ਼ੀ ਨਾਲ ਰੱਖੀ ਹੈ ਜ਼ਮੀਨ ਦੋਨੋਂ ਬੜਾਂ ਰੱਖੀ ਬੈਠੀ ਹੈ ਇਹ ਮੈਨੂੰ ਬੋਲਣ ਦੇ ਬਰਾ ਛੱਡਾ ਕੰਜਰ ਨੇ ਉਹ ਮਾਂ ਪੁੱਤਾਂ ਕੀ ਕਰ ਤੇਰੇ ਕਾਕੇ ਨੂੰ ਜ਼ਮੀਨ ਮਿਲੀ ਹੈ ਮੈਨੂੰ ਮਿੱਟੀ ਪਾ ਲੈਂਦਾ ਲੈ ਦੇਖ ਲਾ ਹੁਣ ਉਹਦੇ ਆਇਆ ਮੈਂ ਨਹੀਂ ਲੈਣੀ ਹੈ ਕਾਕਾ ਦੇ ਕਿਵੇਂ ਮਿਲੂਗਾ ਹੁਣ ਘਰ ਚ ਦੇਖ ਇਹਦਾ ਵੀ ਅੱਧ ਹੈਗਾ ਘਰ ਚ ਹੁਣ ਤੈਨੂੰ
ਰੁਪਈਏ ਕਾਹਦੇ ਨਾਲ ਕਮਾ ਗਿਆ ਉਹ ਜਿਹਾ ਵੀ ਦੇਖ ਲਾ ਸਾਲ ਸਾਲ ਭਰ ਤਾਂ ਫਸਲ ਛੱਡੀ ਬੈਠਾ ਰਿਹਾ ਹੈਗਾ ਸਾਲ ਭਰ ਤਾਂ ਬਈ ਫਸਲ ਛੱਡੀ ਆ ਤੇਲ ਨਹੀਂ ਪੂਰਾ ਹੋਇਆ ਸਾਡੇ ਤੋਂ ਟਰੈਕਟਰਾਂ ਦਾ ਹੁਣ ਤਾਂ ਮੱਕ ਉਸ ਮਰਜ਼ੀ ਕਹੀ ਆ ਹੁਣ ਤਾਂ ਪੱਲਿਓ ਪਏ ਹੋਣਗੇ ਤੇਰੇ ਬਈ ਭਰਾ ਗਾ ਭਾਈ ਨਾਲ ਕੀ ਗੱਲ ਆ 2 ਲੱਖ ਰੁਪਈਆ ਪੱਲਿਓ ਵੀ ਪਿਆ ਤੈਨਾਂ ਬਾਪੂ ਤੇਰੇ ਨਾਲ ਕਿ ਮੇਰੇ ਨਾਲ ਤੂੰ ਕੀ ਗੱਲ ਆ ਕੋਈ ਕਾਲੀ ਆ ਕੋਈ ਕਾਂਗਰਸ ਆ ਇੱਥੇ ਪਾਰਟੀ ਬਣਾਈ ਬੈਠੇ ਤੁਸੀਂ ਇਹ ਘਰ ਦੀ ਗੱਲ ਆ ਗਈ ਵੱਡਾ ਚੌਧਰ ਬਣਾਈ ਬੈਠਾ ਇਹ ਬਾਪੂ ਮੈਨੂੰ ਨਹੀਂ ਪਤਾ ਪਾਰਟੀ ਪੁਲਟੀ ਦਾ ਮੈਨੂੰ ਤਾਂ ਘਰ ਚਾਹੀਦਾ ਉਹ ਘਰ ਚਾਹੀਦਾ ਫਿਰ ਤੂੰ ਕਹਿੰਦੇ ਇਹ ਕੀ ਗੱਲ ਹੋਈ ਤੂੰ ਉਧਰ ਆ ਜੇ ਉਧਰ ਜਿਹੜਾ ਮਾਂ ਪਿਓ ਹੁੰਦਾ ਨਾ ਮਾਂ ਪਿਓ ਤਾਂ ਸਾਰੇ ਇੱਕੋ ਹੀ ਹੁੰਦੇ ਆ ਹੁਣ ਆ ਮੈਂਬਰ ਬੈਠੇ ਆ ਆ ਸਰਪੰਚ ਬੈਠਾ ਇਹਨਾਂ ਨੂੰ ਕੀ ਹੋਵਾ ਤੂੰ ਵੀ ਉਹੋ ਜਿਹਾ ਇਹ ਵੀ ਉਹੋ ਜਿਹਾ ਜਿਹੜੀ ਸੱਚੀ ਗੱਲ ਉਹ ਤਾਂ ਕਹੀ ਜਾਂਦੀ ਹੁੰਦੀ ਆ ਜੇ ਭਾਜੀ ਆਪਦੀ ਮਰਜ਼ੀ ਨਾਲ ਹੀ ਸਾਰਾ ਕੁਝ ਕਰਨਾ ਸੀ ਫਿਰ ਪੰਚਾਇਤ ਬੁਲਾਉਣ ਦੀ ਕੀ ਲੋੜ ਸੀਗਾ ਫਿਰ ਆਪਦੇ ਘਰ ਚ ਹੀ ਨਿਬੇੜ ਲੈਂਦੇ ਹੁਣ ਦੇਖ ਪੰਚਾਇਤ ਦੀ ਤਾਂ ਕਾਕਾ ਤੈਨੂੰ ਮੰਨਣੀ ਪਊਗੀ ਹਾਂ ਮੰਨੂਗਾ ਜੇ ਮੈਨੂੰ ਘਰ ਮਿਲੂਗਾ ਵੀ ਜਦੋਂ ਤੈਨੂੰ ਹੁਣ ਜ਼ਮੀਨ ਪਹਿਲਾਂ ਤੇਰੀ ਮਰਜ਼ੀ ਨਾਲ ਮਿਲ ਗਈ ਹੁਣ ਘਰ ਤਾਂ ਦੇਖ ਜਿਹੜਾ ਚੰਗਾ ਹੁਣ ਇਸੇ ਦੇ ਹੱਕ 'ਚ ਹੀ ਆਊਗਾ ਤਾਂ ਨਹੀਂ ਮੈਨੂੰ ਨਹੀਂ ਪਤਾ ਜੀ ਇਹ ਘਰ ਚਾਹੀਦਾ ਮੈਨੂੰ ਦੇਖ ਲਾ ਮੈਂਬਰਾ ਤੈਨੂੰ ਉਦੇ ਹੀ ਬੁਲਾਇਆ ਸੀ ਚੱਲ ਤੂੰ ਉਹਦੇ ਉੱਥੇ ਰਾਮਪੁਰੇ ਗਿਆ ਹੋਇਆ ਸੀਗਾ ਚੱਲ ਕੰਮ ਸੀਗਾ ਉਹਦੇ ਤੂੰ ਨਹੀਂ ਆ ਸਕਿਆ ਉਹਦੇ ਨੇ ਆਪਦੀ ਮਰਜ਼ੀ ਨਾਲ ਲੈਤੀ ਸੀ ਅੱਜ ਹੁਣ ਘਰ ਵੀ ਆ ਕਹਿੰਦਾ ਮੈਨੂੰ ਤਾਂ ਆ ਦੇ ਮਰਜ਼ੀ ਨਾਲ ਨਹੀਂ ਦੇਣਾ ਸਰਪੰਚ ਸਾਹਿਬ ਫਰੇਂ ਨੂੰ ਘਰ ਆਪਾਂ ਅੱਜ ਮੈਂਬਰਾ ਮੈਂ ਤਾਂ ਆ ਪਹਿਲਾਂ ਦੇ ਇਹ ਕੰਮ ਇੱਥੇ ਕਰਕੇ ਗਿਆਗਾ ਪਹਿਲਾਂ ਇਹਨਾਂ ਦਾ ਸੀਗਾ ਜ਼ਮੀਨ ਦਾ ਰੌਲਾ ਦੇਖ ਉਦੋਂ ਆਪਾਂ ਹੀ ਨਵੇੜਿਆ ਸੀਗਾ ਉਹਨੇ ਆਪਦੀ ਮਰਜ਼ੀ ਨਾਲ ਚੰਗੀ ਜ਼ਮੀਨ ਰੱਖ ਲਈ ਇਹਨੂੰ ਟਿੱਬਾ ਸਮਾਤਾ ਮੁੰਡੇ ਨੂੰ ਤੇ ਹੁਣ ਘਰ ਦਾ ਆਖੀ ਜਾਂਦਾ ਹੈਗਾ ਕਿ ਮੈਨੂੰ ਘਰ ਵੀ ਚੰਗਾ ਦਿਓ ਪੁਰਾਣਾ ਘਰ ਇਹਨੂੰ ਦੇ ਦਿਓ ਨਵਾਂ ਘਰ ਇਹਨੂੰ ਦੇ ਦਿਓ ਉਹ ਤਾਂ ਹੁਣ ਬਣਦਾ ਹੀ ਹੈਗਾ ਜਦੋਂ ਇੱਕ ਚੀਜ਼ ਮਿਲੂਗੀ ਹੁਣ ਨਾ ਘਰ ਘਰ ਵੀ ਅੱਛਾ ਉਹਦੀ ਮਰਜ਼ੀ ਨਾਲ ਹੋਵੇ ਤੇ ਜ਼ਮੀਨ ਵੀ ਉਹਦੀ ਮਰਜ਼ੀ ਨਾਲ ਕਿੱਥੇ ਲੈ ਕੇ ਆਏਗਾ ਕਮਾ ਗਿਆ ਮਿੱਟੀ 'ਚੋਂ ਜੀ ਉਹ ਕਰੋੜਾਂ ਰੁਪਈਆ ਖਰਚਾ ਵੀ ਕੀਤਾ ਉਹਨੇ ਉੱਤੇ ਉਹ ਕਾਕਾ ਨੂੰ ਪਤਾ ਨਹੀਂ ਜੀ ਗੱਲ ਦਾ ਪਿੱਛੋਂ ਮੈਨੂੰ ਪਤਾ ਹੀ ਪਤਾ ਹੀ ਘਰ ਚਾਹੀਦਾ ਹੀ ਪਤਾ ਹੀ ਹੈਗਾ ਮੈਂ ਸੁਣੋ ਤੂੰ ਜੇ ਇਹਨੂੰ ਦਾ ਨਵਾਂ ਘਰ ਹੈਗਾ ਇਹਨੂੰ ਦਾ ਪੁਰਾਣਾ ਇਹ ਤਾਂ ਨਸ਼ੇੜੀ ਆ ਸਿਰੇ ਦਾ ਇਹ ਸਾਰਾ ਦਿਨ ਕੰਮ ਕਰਦਾ ਹੈਗਾ ਕਾਕਾ ਤੂੰ ਵੀ ਬੋਲ ਮਾੜਾ ਮੋਟਾ ਕੁਛ ਮੈਂ ਕੀ ਬੋਲਾਂ ਜੀ ਜਿਵੇਂ ਤੁਸੀਂ ਕਰ ਦੋਗੇ ਠੀਕ ਆ ਅੱਜ ਕੱਲ੍ਹ ਆ ਜਿਹੜੇ ਇਲਜ਼ਾਮ ਲੱਗੀ ਜਾਂਦੇ ਮੇਰੇ ਤੇ ਪਹਿਲਾਂ ਤਾਂ ਬਾਈ ਨੇ ਟਿੱਬਾ ਦਿੱਤਾ ਹੁਣ ਮੈਂ ਉਹਦੇ 'ਚ ਕਰੋੜਾਂ ਰੁਪਈਏ ਵੀ ਕਮਾ ਗਿਆ ਦੇਖ ਕਾਕਾ ਤੈਨੂੰ ਵੀ ਪਤਾ ਹੀ ਆ ਵੀ ਮਾਰੂ ਜ਼ਮੀਨਾਂ 'ਚੋਂ ਕਿੰਨੇ ਕੁ ਰੁਪਈਏ ਕਮਾਏ ਜਾਂਦੇ ਨੇ ਬਾਈ ਹੁਣ ਤੂੰ ਆਪ ਦੇਣੀ ਚੰਗੀ ਮੈਨੂੰ ਦੇ ਦੇ ਤੇਰੇ ਤੋਂ ਉਹ ਵੀ ਨਹੀਂ ਰੱਖੀ ਗਈ ਜੇ ਮਾੜੀ ਸੀ ਤਾਂ ਮਾੜੂ ਵੀ ਰੱਖ ਲੈਂਦਾ 2 ਕਿੱਲੇ ਉਹਦੇ 'ਚੋਂ ਵੀ ਚੱਕਤੀ ਫਸਲ ਕੱਟ ਕੱਟੇ ਤਾਂ ਜਮਾਂ ਨਾਸ ਮਾਰਿਆ ਬਾਈ ਆਹ ਜਿਹੜੀ ਟਿੱਬੇ ਵਾਲੀਆਂ ਨਾ ਇਹਦੇ 'ਚੋਂ 3 ਕਿੱਲੇ ਤੂੰ ਮੇਰੇ ਤੋਂ ਲੈ ਲਾ ਦੂਜੀ ਮੈਨੂੰ ਦੇ ਦੇ ਫਿਰ ਹੋਰ ਕੀ ਆ ਇੱਥੇ ਲੜਨਗੇ ਇੱਕ ਦੂਜੇ ਦੇ ਮਾਰਨਗੇ ਇੱਕ ਜੇਲ੍ਹ ਚ ਆ ਕੇ ਬੈਠੋ ਉਹਦਾ ਕੋਈ ਫਾਇਦਾ ਨੀ ਕਰੋ ਰਾਏ ਹੁਣ ਹੈਗੀ ਆ ਦੇਖ ਸਨੀ ਫਿਰ ਜਿੱਥੇ ਤੂੰ ਪਹਿਲਾਂ ਇੰਨਾ ਸਹਿ ਲਿਆ ਇੱਥੇ ਹੋਰ ਸਹਿ ਲਾ ਹੁਣ ਉਹ ਘਰ ਰੱਖ ਲਾ ਬਾਕੀ ਤੈਨੂੰ ਪਤਾ ਹੀ ਹੈ ਜਦੋਂ ਤੂੰ ਚੰਗਾ ਹੈਗਾ ਆਪਦੀ ਥਾਂ ਤੇ ਸਹੀ ਹੈਗਾ ਤੇਰਾ ਤਾਂ ਫਿਰ ਆਪ ਹੀ ਸੁਣੂਗਾ ਹੁਣ ਕੋਈ ਗੱਲ ਨੀ ਜੀ ਜਿਵੇਂ ਤੁਹਾਡਾ ਫੈਸਲਾ ਚੱਲ ਅੱਜ ਉਹ ਘਰ ਪੁਰਾਣਾ ਹੈਗਾ ਕੱਲ ਨੂੰ 4 ਰੁਪਈਏ ਆ ਕੇ ਫਸਲ ਵਧੀਆ ਨਿਕਲਿਆ ਚੱਲ ਨਵਾਂ ਪਾ ਲੇਗਾ ਭਾਈ ਹੋਰ ਕੀ ਹੈ ਫਿਰ ਮੈਂ ਕਹਿੰਦਾ ਜੀ ਮੈਂ ਤੁਹਾਡਾ ਫੈਸਲਾ ਨਹੀਂ ਮੋੜ ਸਕਦਾ ਤੁਸੀਂ ਮੋਹਤਵਾਰ ਹੋ ਪਿੰਡ ਦੇ ਤੇ ਆ ਮੇਰਾ ਬਾਪੂ ਬੈਠਾ ਹੈਗਾ ਜਿਹਨਾਂ ਦੀ ਤਾਂ ਮੈਂ ਜਮੀ ਨਹੀਂ ਕਦੇ ਮੋੜੀ ਉਹ ਤੂੰ ਤਾਂ ਨਹੀਂ ਮੋੜਨੀ ਮੈਂ ਤਾਂ ਤੈਨੂੰ ਵਾਰੀ ਵਾਰੀ ਕਹਿਣਾ ਗਾ ਉਹ ਉੱਜੜ ਜਾ ਮੈਂ ਤਾਂ ਇਹਨੂੰ ਵੀ ਕਹਿੰਦਾ ਇੰਨਾ ਦੱਸਦਾਰ ਹੈ ਕੋਈ ਗੱਲ ਨਹੀਂ ਟਾਈਮ ਤੇ ਅੱਜ ਪਤਾ ਲੱਗ ਜੂਗਾ ਚੱਲ ਠੀਕ ਹੈ ਸਰਪੰਚ ਹੁਣ ਮੈਨੂੰ ਮਿਲ ਗਿਆ ਨਾ ਘਰ ਮੇਰਾ ਉਹ ਤਾਂ ਭਾਈ ਹੁਣ ਠੀਕ ਹੀ ਹੈ ਜਦੋਂ ਫਿਰ ਚੱਲ ਠੀਕ ਹੈ ਚੱਲ ਠੀਕ ਹੈ ਸਰਪੰਚ ਸਾਹਿਬ ਚੰਗਾ ਬਈ ਜੀ ਪੱਤਰ ਬਾਈ ਤਿਆਰ ਕਰ ਲਿਓ ਮੈਂ ਸਾਈਨ ਕਰ ਦੂੰਗਾ ਆਈ ਲਾਇੰਟ ਦੇ ਵਿੱਚ ਠੀਕ ਹੈ ਜੀ ਇਹ ਸਾਰੇ ਕੰਡੇ ਤੂੰ ਵੀ ਜਿਆ ਜਿੰਨੇ ਜਾਂ ਨੂੰ ਹੱਥਾਂ ਦੇ ਜਮਲਾ ਜਿਵੇਂ ਕਰਦਾ ਜਾਂਦਾ ਨਾਲ ਬੰਨੀ ਰਹਿਣੀ ਰਹਾਉ ਜੀ ਘੰਟੇ ਮੈਂ ਕਹਿੰਦਾ ਟੋਆ ਪੱਟੇ ਹੋ ਨੂੰ ਨੱਪੇ ਤੈਨੂੰ ਵਿੱਚ ਸਾਰੇ ਕੰਡੇ ਤੇਰੇ ਦੀ ਗਿਆ ਤੇਰੀ ਗੱਲ ਤਾਂ ਉਹ ਹੈ ਮੈਂ ਇਹਨੂੰ ਸਿਖਾਇਆ ਕੰਜਰ ਨੂੰ ਵੀ ਐਲੇਸ਼ਨ ਕਰਿਆ ਕਰ ਕਹਿ ਨਹੀਂ ਸਕਦੀ ਉਹ ਮਾਤਾ ਹੁਣ ਦੇਖੋ ਆਪਦੇ ਜਵਾਕਾਂ ਜੱਲਿਆਂ ਤੇ ਇੰਨਾ ਕਿ ਤਾਂ ਹੱਕ ਰੱਖੀ ਜਾਂਦਾ ਹੁੰਦਾ ਸਮਝਾਈ ਜਾਂਦਾ ਹੁੰਦਾ ਹੈਗਾ ਵੀ ਕੌਣ ਗਲਤ ਕਰੀ ਜਾਂਦਾ ਕੌਣ ਸਹੀ ਕਰੀ ਜਾਂਦਾ ਹੈਗਾ ਮੈਂ ਉੱਤੇ ਵੀ ਕਿਹਾ ਸੀਗਾ ਚਲੋ ਠੀਕ ਹੈ ਸਰਪੰਚ ਸਾਹਿਬ ਮੈਂ ਕੀ ਕਰਾਂ ਇਹਦੇ ਘਰ ਵਾਲੀ ਨੂੰ ਕਹਿ ਜਾਣਾ ਚਾਹ ਪੀ ਕੇ ਜਾਇਆ ਵੀ ਨਾ ਨਾ ਬਸ ਕਾਕਾ ਚਾਹ ਤਾਂ ਅਸੀਂ ਕਰਦੇ ਆਂ ਅਸੀਂ ਇੱਕ ਅੱਧੇ ਦਿਨ ਚ ਸਮਾਨ ਚੱਕ ਲਾਂਗੇ ਜੀ ਉਧਰ ਕੋਈ ਗੱਲ ਨਹੀਂ ਉਹ ਤਾਂ ਭਈ ਹੁਣ ਫਿਰ ਦੇਖ ਚੱਕਣਾ ਹੀ ਪਊਗਾ ਜਦੋਂ ਫੈਸਲਾ ਆ ਹੋ ਗਿਆ ਮੈਂ ਤਾਂ ਬਹੁਤ ਕਿਹਾ ਸਰਪੰਚ ਸਾਹਿਬ ਇਹ ਮੁੰਡਾ ਮੇਰੀ ਨਹੀਂ ਸੁਣਦਾ ਮੇਰੇ ਸਮਝੀ ਸਿਰ ਨਹੀਂ ਮੈਂ ਕਰਾਤਾ ਇਹ ਕੰਜਰ ਨੇ ਉਹ ਚਲੋ ਭਈ ਹੁਣ ਜਿਹੜਾ ਫਿਰ ਹੋ ਗਿਆ ਫੈਸਲਾ ਠੀਕ ਹੈ ਚਲੋ ਫਿਰ ਮੈਂਬਰ ਸਾਹਿਬ ਆ ਜਾਓ ਫਿਰ ਚੱਲੀਏ ਕੋਈ ਗੱਲ ਨਹੀਂ ਬਣੀ ਕਰਨੇ ਆਏ ਵਾਰੀ ਉਹਦੇ ਨਾਲ ਨਜਾਇਜ਼ ਧੱਕਾ ਹੋ ਜਾਂਦਾ ਇਹ ਗੱਲ ਥੋੜ੍ਹੀ ਬਣੀ ਹੈ ਮੈਂ ਤਾਂ ਕਹਿਣਾ ਜਿਹੜਾ ਚੰਨੀ ਆ ਨਾ ਵੱਸਦੇ ਹੀ ਰਹੇ ਅਤੇ ਜਿਹੜਾ ਦੂਜਾ ਗਾ ਮੈਂ ਕਹਿੰਦਾ ਇਹ ਉੱਜੜ ਜੇ ਤਾਂ ਹੀ ਲੋਟ ਹੈ
ਕੀ ਸੋਚੀ ਜਾਨੀ ਆ ਕਿ ਮੈਂ ਤੇ ਦਲਾ ਮੂੰਹ ਕਰ ਲਿਆ ਸੋਚਣਾ ਕੀ ਆ ਨਾ ਇਨਵਰਟਰ ਆ ਨਾ ਲਾਈਟ ਆ ਗਰਮੀ ਚ ਬੈਠੀ ਆਂਗੀ ਉਹ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਜਾ ਬੇਫਿਕਰ ਹੀ ਆ ਬਾਬਾ ਨਾਨਕ ਸਭ ਦਾ ਮੈਂ ਤਾਂ ਆਪ ਕਹਿੰਨੀ ਆ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਪੈਂਦਾ ਰਹਿਣਾ ਪੈਂਦਾ ਨਾ ਹੋਰ ਮੈਂ ਕਹਿੰਦਾ ਜਿੱਦਾਂ ਦੇ ਆ ਘਰ ਚ ਪੈਰ ਪਾਏ ਆ ਨਾ ਤੇ ਖੁਸ਼ੀਆਂ ਖੁਸ਼ੀਆਂ ਆਈ ਜਾਂਦੀਆਂ ਤੈਨੂੰ ਪਤਾ ਮੈਂ ਕਦੋਂ ਕਹਿੰਦੀ ਦੁਖੀ ਤਾਂ ਆਪਾਂ ਪਹਿਲਾਂ ਸੀ ਨਾ ਹੁਣ ਸਾਰਾ ਕੁਛ ਹਿਸਾਬ ਨਿਬੇੜ ਕੇ ਸਾਰਾ ਕੁਛ ਕਲੀਅਰ ਕਰਕੇ ਰੁਪਿਆ 15 ਲੱਖ ਵੱਧ ਗਿਆ ਸੱਚੀ ਹੋਰ ਆ ਤਾਂ ਵਧੀਆ ਵਧਾਈਆਂ ਹੁਣ ਫਿਰ ਤਾਂ ਤੁਹਾਨੂੰ ਤੁਹਾਡੀ ਮਿਹਨਤ ਪੱਲੇ ਪੈ ਗਈ ਮਿਹਨਤ ਪੱਲੇ ਪੈ ਗਈ ਹੋਰ ਤੇ ਆਪਾਂ ਉਹ ਜਿਹੜਾ ਘਰ ਵੇਚਦੇ ਨਾ ਕੌਣ ਸਰਪੰਚਾਂ ਦੇ ਹਾਂ ਉਹ ਬਸ ਲਈ ਲੈਣੇ 10 ਲੱਖ ਰੁਪਿਆ ਮੰਗਦੇ ਆ ਕੁਛ ਉਹਨਾਂ ਨੂੰ ਆਪਾਂ ਵੀ 10 ਲੱਖ ਪਹਿਲਾਂ ਮੰਗਦੇ ਆ 5 ਲੱਖ ਰੁਪਿਆ ਅਗਲੀ ਯਾਰ ਕੋਈ ਗੱਲ ਨੀ ਉਹ ਤਾਂ ਠੀਕ ਆ ਮੇਰੀ ਗੱਲ ਸੁਣੋ ਫਿਰ ਚੱਲ ਜਦੋਂ ਮਾਰ ਪਈ ਸੀ ਉਦੋਂ ਵੀ ਤਾਂ ਆਪਾਂ ਜਾਰੀ ਜਾਂਦੇ ਸੀ ਉਹ ਜੈਲੇ ਕੀ ਕੁੜੀ ਦਾ ਵਿਆਹ ਗਾ 20,000 ਰੁਪਏ ਕੁੜੀ ਦੇ ਵਿਆਹ ਤੇ ਲਾ ਦਿਓ ਕੋਈ ਗੱਲ ਨੀ ਤੂੰ ਜਿਵੇਂ ਵੀ ਤੂੰ ਕਰਨਾ ਉਵੇਂ ਕਰਦੀ ਸਿਸਟਮ ਠੀਕ ਆ ਠੀਕ ਆ ਤੇ ਕੇਰਾ ਘਰ ਲੈ ਲਗੇ ਤੂੰ ਜੋ ਵੀ ਕਰਦੀ 10 ਲੱਖ ਰੁਪਿਆ ਜਿਵੇਂ ਸਰਪੰਚ ਨੂੰ ਦਿਆ ਹੋਣਾ ਠੀਕ ਆ ਤੇ ਬਾਕੀ ਉਹ 15 ਕੁ ਲੱਖ ਰੁਪਿਆ ਮੰਗਦੇ ਆ 5 ਲੱਖ ਉਹਨਾਂ ਨੂੰ ਕਿ ਮੈਂ ਫੋਰ ਮਿਹਨਤ ਕਰੂੰਗਾ ਤੈਨੂੰ ਯਕੀਨ ਹੈਗਾ ਨਾ ਆਪਣੇ ਤੇ ਕੋਈ ਗੱਲ ਨੀ ਆਪਾਂ ਕਰ ਲਾਂਗੇ ਘਰ ਆਦੀ ਆਪਾਂ ਗੱਲ ਕਰ ਲਾਂਗੇ ਪਹਿਲਾਂ ਤੁਸੀਂ ਉਹਨਾਂ ਦੇ ਘਰੇ ਜਾਇਓ ਪੁੱਛੋ ਵੀ ਕੀ ਕੀ ਸਮਾਨ ਦੇਣਾ ਕੁੜੀ ਨੂੰ ਸਮਾਨ ਹੀ ਚੁਕਾ ਦਿਓ ਚੁੱਪ ਕਰਕੇ ਉਹ ਤਾਂ ਮੈਂ ਨਾਲੇ ਪੁੰਨ ਨਾਲੇ ਫੜ ਉਹ ਤੂੰ ਹੀ ਵਗਦੀ ਯਾਰ ਸ਼ਹਿਰ ਵਗਦੀ ਨਾਲ ਚੁਕਵਾ ਦੀ ਕੋਈ ਗੱਲ ਨੀ ਚਾਹੇ 30 ਦੀ ਥਾਂ ਤੇ 50,000 ਲੱਗ ਜੇ ਆਪਾਂ ਨੂੰ ਕੋਈ ਨਹੀਂ ਪਰਮਾਤਮਾ ਹੋਰ ਵੱਧ ਦਿੰਦਾ ਪਿਆ ਸਹੀ ਗੱਲ ਆ ਮੈਨੂੰ ਤਾਂ ਆਸ ਵੀ ਨਹੀਂ ਸੀ ਵੀ ਆਪਾਂ ਨੂੰ ਬੱਚਤ ਹੋਊਗੀ ਮੈਨੂੰ ਨਹੀਂ ਸੀ ਪਤਾ ਹੀ ਨਹੀਂ ਕਿਵੇਂ 98 ਮਣ ਤਾਂ ਕਣਕ ਹੋ ਗਈ ਕਿੱਲੇ ਦੀ ਚੱਲ ਬਾਬਾ ਪਤਾ ਨਹੀਂ ਕਿਵੇਂ ਹੋਈ ਕਿਵੇਂ ਨਾ ਉਹ ਬਾਬਾ ਨਾਨਕੀ ਆ ਤੇ ਜਿਹੜੇ 10 ਕਿੱਲੇ ਲੈਤੇ ਸੀ ਠੇਕੇ ਤੇ ਉਹਨਾਂ ਨੇ ਤਾਂ 12 ਨਿਆਰੇ ਹੀ ਕਰਤੇ ਦੂਜੀ ਫਸਲ ਹੁਣ ਆਪਾਂ ਨੂੰ ਬਾਪੂ ਨੂੰ ਦੱਸਿਆ ਕਿਉਂ ਬਾਪੂ ਨੂੰ ਨਾ ਨਾ ਬਾਪੂ ਨੂੰ ਮੈਂ ਦੱਸਿਆ ਨਹੀਂ ਮੈਂ ਬਾਪੂ ਨੂੰ ਦੱਸ ਕੇ ਆਉਣਾ ਹੋਰ ਦੱਸ ਕੇ ਆਇਓ ਬਾਪੂ ਨੂੰ ਨਾਲ ਖੁਸ਼ ਹੋ ਜਾਣਗੇ ਬਾਪੂ ਇਧਰ ਵੀ ਨਹੀਂ ਆਇਆ 2 ਦਿਨ ਹੋ ਗਏ ਚੱਲ ਕੋਈ ਨਾ ਤੂੰ ਬੇਫਿਕਰ ਹੋ ਜਾ ਚਲੋ ਠੀਕ ਆ ਹੁਣ ਬਾਪੂ ਕੋਲ ਜਾਂਦੇ ਹੋ ਮੈਂ ਬਾਪੂ ਕੋਲੇ ਜਾ ਕੇ ਜਾਇਆ ਤੇ ਪੈਸੇ ਚੱਕ ਕੇ ਸਾਹੋ ਦੀ ਹਾਂ 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 ਸ਼ੁਕਰ ਆ ਰੱਬਾ ਬਹੁਤ ਟਾਈਮ ਸਬਰ ਕੀਤਾ ਸੀਗਾ ਚੱਲ ਕਹਿੰਦੇ ਆ ਜੇ ਨੀਤ ਸਾਫ਼ ਹੁੰਦੀ ਆ ਤਾਂ ਪਰਮਾਤਮਾ ਸਭ ਦਾ ਸਾਥ ਦਿੰਦਾ ਗਾ ਸਨੀ ਪਤਾ ਨਹੀਂ ਹਾਂ ਬਾਈ ਤੇਰਾ ਕਰਦਨਾ ਕਰ ਖਾਲੀ ਬਹੁਤ ਦਿਨ ਹੋ ਗਏ ਪੈਸੇ ਦਿੱਤੇ ਨੂੰ ਯਾਰ ਉਹ ਕਰ ਦੂੰਗਾ ਖਾਲੀ ਬਾਈ ਯਾਰ ਕਰ ਦੇ ਬਾਈ ਨਹੀਂ ਮੈਂ ਪੁਲਿਸ ਸੱਦ ਕੇ ਖਾਲੀ ਕਰਾਉਂਗਾ ਕਿਹੜਾ ਘਰ ਬਾਪੂ ਆਹੀ ਘਰ ਆ ਹੋਰ ਕਿਹੜਾ ਕਿਉਂ ਵੇਚਤਾ ਕਿਉਂ ਤੇਰਾ ਕੀ ਆ ਕਾੜੀ ਚ ਬਾਈ ਨਹੀਂ ਵੇਚਤਾ ਮੈਂ ਦੂਜੀ ਕੋਠੀ ਪਾਉਂਗਾ ਉਹ ਤੇ ਥੋੜਾ ਤਾਂ ਰੱਖ ਰਿਹਾ ਕੋਠੀ ਕਿੱਥੋਂ ਪਾਣੀ ਤੂੰ ਕੋਠਾ ਬਾਈ ਗੱਲ ਸੁਣ ਲੈ ਮੈਂ ਘਰ ਉੱਧਰ ਚਾਲੂ ਕਰਦਾ ਤੇ 2 ਮਹੀਨੇ ਦਾ ਮੈਨੂੰ ਟਾਈਮ ਦੇ ਬਾਈ ਤੂੰ ਟਾਈਮ ਟੂਮ ਦੀ ਗੱਲ ਕੋਈ ਨਹੀਂ ਕਿ ਕਿੰਨੇ ਦਿਨ ਹੋ ਗਏ ਤੈਨੂੰ ਪੈਸੇ ਦਿੱਤੇ ਨੂੰ ਮੈਂ ਠੀਕ ਹੈ ਨਾ ਮੈਂ ਨਹੀਂ ਪੰਚਾਇਤ ਸਾਧ ਕੇ ਕਰਾਉਂਗਾ ਖਾਲੀ ਇਹ ਆਠ ਪੰਜਾਬ ਥਾਣੇ 'ਚ ਗੱਲ ਕਰੂੰਗਾ ਇਹ ਚੱਲ ਬਾਈ ਕਰ ਦੂੰ 2 ਦਿਨ ਕੋਈ ਨਹੀਂ ਪਤਾ ਜਦੋਂ ਤੂੰ ਪੈਸੇ ਦਿੱਤੇ ਆ ਜਿੰਨ ਵੇਚ ਹੀ ਦਿੱਤਾ ਕੋਈ ਨਹੀਂ ਮੈਂ ਕਹਿ ਕੇ ਖਾਲੀ ਕਰਾ ਦੇਣਾ ਇਹਨੇ ਤਾਂ ਜਿਹੜੀ ਗੱਲ ਨਹੀਂ ਕਰਦੀ ਅੱਜ ਬਾਈ ਮਹੀਨਾ ਹੋ ਗਿਆ ਨਾ ਉਹ ਮੈਨੂੰ ਤਾਂ ਪਤਾ ਹੀ ਹੋਣ ਲੱਗਿਆ ਵੀ ਘਰ ਵੇਚਤਾ ਨੇ ਜੇ ਪਤਾ ਲੱਗੂ ਮੈਂ ਆਈ ਨਹੀਂ ਇਹਨੂੰ ਪਤਾ ਨਹੀਂ ਜੇ ਮੈਂ ਪੈਸੇ ਲੈ ਕੇ ਜੇਬ 'ਚ ਪਾ ਲਏ ਪੈਸੇ ਕਿੱਥੇ ਹੈਗੇ ਲੱਗ ਗਏ ਬਾਪੂ ਕਾਹਦੇ ਲੱਗ ਗਏ ਕੀ ਲਿਆਂਦਾ ਸੀ ਲੱਗਣ ਨੂੰ ਬਾਈ 2 ਦਿਨ ਦਿੱਤੇ ਆ ਬਾਈ ਮੇਰੇ ਘਰ ਖਾਲੀ ਕਰ ਦੇਣ ਕਿਹਾ ਸਿੱਧੀ ਗੱਲ ਆ ਉਹ ਕੋਈ ਨਹੀਂ ਪਤਾ ਅੱਜ ਹੀ ਕਰਾ ਦੇਣ ਕੋਈ ਗੱਲ ਨਹੀਂ ਅੱਜ ਮੈਂ ਕਹਿ ਗਿਆ ਮਾਰ ਕੇ ਮੁੜ ਕੇ ਮੈਂ ਆ ਕੇ ਕਿਤੇ ਕਾ ਉਹ ਕਰੂੰਗਾ ਘੱਟ ਤੁਮ ਸਾ ਮੈਂ ਗੱਲ ਬਾਈ ਜੇ ਲੈ ਗਈ ਖਾ ਗਿਆ ਨਾਲੇ ਆ ਸੁਣ ਲਈ ਗੱਲ ਤੂੰ ਨਾ ਸੁਣ ਲਈ ਬਾਪੂ ਇਹ ਕੀ ਫਾਇਦਾ ਹੋਇਆ ਕੀ ਕਾਹਦੇ ਜੇ ਲਾਤੇ ਹੁਣ ਬਾਪੂ ਲੱਗ ਗਏ ਹੁਣ ਮੈਂ ਤੈਨੂੰ ਕੀ ਦੱਸਾਂ ਉਹ ਕਾਹਦੇ ਲਾਤੇ ਆ ਕੁਛ ਲਿਆਂਦਾ ਤਾਂ ਉਹ ਮੈਨੂੰ ਦੱਸਦਾ ਜੇ ਮੈਂ ਆ ਲੈਂਦਾ ਮੈਨੂੰ ਪਤਾ ਲੱਗੇ ਉਹ ਘਰ ਵੇਚ ਕੇ ਖਾ ਗਿਆ ਜ਼ਮੀਨ ਵੇਚ ਕੇ ਖਾ ਗਿਆ ਦੱਸ ਕਿੱਥੇ ਰਹੇਗਾ ਕੋਠੀ ਪਾਉਂਗਾ ਤੇ ਤੁਹਾਡਾ ਤਾਂ ਰਹਿਣੀ ਕੋਠਾ ਪਾਏਗਾ ਤੂੰ ਪਤਾ ਨਹੀਂ ਬਾਪੂ ਜੀ ਮੈਂ ਤਾਂ ਲਾ ਕੋਠੇ ਤੋਂ ਵੱਧ ਖੜਾਏਗਾ ਹੁਣ ਦੂਜੇ ਬਣਾ ਕੇ ਉਹਦੇ ਲੈ ਲੈ ਮਾੜੀ ਲਾ ਦੇਣੇ ਸਤਿ ਸ੍ਰੀ ਅਕਾਲ ਬਾਪੂ ਸਤਿ ਸ੍ਰੀ ਅਕਾਲ ਪੁੱਤ ਠੀਕ ਆ ਠੀਕ ਆ ਬਾਈ ਸਾਡੇ ਘਰੇ ਕੀ ਲੈਣਾ ਆਇਆ ਤੂੰ ਬਾਈ ਮੈਂ ਤਾਂ ਬਾਪੂ ਨੂੰ ਮਿਲਣਾ ਹੈ ਉਹ ਤੇਰਾ ਘਰ ਕਾਹਦਾ ਤੂੰ ਤਾਂ ਵੇਚਤਾ ਹੁਣੇ ਮੁੜ ਗਿਆ ਥੋ ਮੇਰੇ ਮਿੱਤਰੇ ਆ ਵੱਡਾ ਘਰ ਵਾਲਾ ਆ ਗਿਆ ਇਹ ਚਲ ਬਾਪੂ ਮੈਂ ਨਾ ਬੜਾ ਟਾਈਮ ਨਹੀਂ ਬੰਦਾ ਜਿਹੜੇ ਸਰਪੰਚਾਂ ਨੇ ਨਵੀਂ ਕੋਠੀ ਨਹੀਂ ਪਾਈ ਸੀ ਉਹ ਕੋਠੀ ਨੂੰ ਮਾਲ ਗੋਲੀ ਜਾ ਰਹਿੰਦਾ ਘਰ ਵੀ ਵੇਚ ਕੇ ਖਾ ਗਿਆ ਤੂੰ ਯਾਰ ਇਹ ਤੋਂ ਤਾਂ ਬਾਪੂ ਮੈਂ ਕੀ ਲੈਣਾ ਜਿਹੜੀ ਸਰਪੰਚਾਂ ਨੇ ਨਵੀਂ ਕੋਠੀ ਪਾਈ ਸੀ ਉੱਥੇ ਆ ਜੀ ਬਸ ਤੇਰੇ ਨਾਲ ਕੋਈ ਗੱਲ ਕਰਨੀ ਆ ਚਲ ਆ ਜੂ ਮੈਂ ਤੈਨੂੰ ਆਇਆ ਕਹਿੰਦਾ ਸੀ ਇਹਨਾਂ ਦਾ ਵੇਚਣੇ ਜਿਹੜਾ ਉਹ ਮੈਂਬਰ ਬੰਦਾ ਚੰਗਾ ਗਾ ਮੈਂ ਉਹਨੂੰ ਕਹਿ ਕੇ ਇਹਨਾਂ ਦਾ ਵੇਚਣੇ ਦੇ ਦਿੱਤਾ ਵੀ ਇਹ ਰੱਖ ਲਵਾਂਗਾ ਚਲ ਆ ਜੀ ਜਾਦੇ ਕੋਲੇ ਰਹਿ ਜੀ ਤੂੰ ਬਾਪੂ ਆ ਜੀ ਉੱਥੇ ਸਾਰੀ ਗੱਲ ਕਰ ਲਾਂਗੇ ਕੋਈ ਗੱਲ ਨਹੀਂ ਤੂੰ ਕਦੋਂ ਕਾਉਣਾ ਹੁਣੀ ਆਈ ਚੰਗਾ ਕੰਮੋਂ ਨੇ ਮੈਨੂੰ ਕਿਹਾ ਕਹਿੰਦੀ ਬਾਪੂ ਨੂੰ ਤਾਂ ਨਾਲ ਲੈ ਕੇ ਆਈ ਪਰ ਮੈਨੂੰ ਆਇਆ ਵੀ ਇੱਥੇ ਜਿੱਦ ਨਾ ਪਵੇ ਮੇਰੇ ਨਾਲ ਹੁਣੀ ਆਈ ਤੂੰ ਹੁਣੀ ਚਲ ਮੈਂ ਆ ਜਾ ਮਗਰੀ ਆਈ ਚਲ ਆ ਜਾਣਾ
ਕਹਿੰਦੇ ਹੁੰਦਾ ਸਹੀ ਗੱਲ ਆ ਤਾਂ ਲੈ ਕੇ ਬਹਿ ਗਏ ਤਾਂ ਕਹਿੰਦੇ ਹੁੰਦੇ ਮਾੜੀ ਲਾਦ ਨਾ ਹੋਵੇ ਸਿਆਣੀ ਜੀ ਗੱਲ ਸੱਚੀ ਆ ਨਿਆਈ ਦੀ ਖੇਤੀ ਲਾਦ ਬਸੇਤੀ ਤਾਂ ਦੁੱਖ ਹੀ ਦੁੱਖ ਆ ਇਹਨਾਂ ਦਾ ਜਿੱਦੇ ਦਾ ਜੰਮਿਆ ਦੁੱਖ ਹੀ ਦਿੱਤਾ ਗਾ ਕੋਈ ਸੁੱਖ ਨਹੀਂ ਦਿੱਤਾ ਇਹਨੇ ਵੱਸਦਾ ਰਹੇ ਉਹਦੀ ਗੱਲ ਸੁਣ ਕੇ ਆਉਣਾ ਕੀ ਕਹਿੰਦਾ ਗਾ ਆ ਗਿਆ ਬਾਪੂ ਹਾਂ ਆ ਗਿਆ ਕੀ ਕੰਮ ਹੈ ਦੱਸ ਤੂੰ ਮੈਨੂੰ ਇਹਦਾ ਕੀ ਕੰਮ ਪੈ ਗਿਆ ਇੱਥੇ ਤੂੰ ਕਿ ਪਹਿਲਾਂ ਤਾਂ ਮੈਨੂੰ ਆਇਆ ਤੇ ਤੂੰ ਇੱਥੇ ਲੈਣ ਕੇ ਆਏਗਾ ਤੈਨੂੰ ਸਾਰਾ ਕੁਝ ਦੱਸਦਾ ਕੰਮ ਨਾ ਉਹ ਵੀ ਨਾਲ ਹੀ ਆ ਗਈ ਤੇ ਇੱਥੇ ਕੰਮ ਬਾਪੂ ਜੀ ਆ ਗਏ ਇੱਥੇ ਕਿਵੇਂ ਕੰਮ ਕੁੰਮ ਕਰ ਲਾ ਗਏ ਇੱਥੇ ਕੀ ਗੱਲ ਹੈ ਲੈ ਬਾਪੂ ਕਿਹੜੀਆਂ ਗੱਲਾਂ ਕਰਦਾ ਲੈ ਚੈੱਕ ਕਰ ਕੀ ਹੈ ਇਹ ਦੇਖ ਲਾ ਨਾ ਇਹ ਮਕਾਨ ਲੈ ਲਿਆ ਤੁਸੀਂ ਬਾਪੂ ਕਰਤੀ ਕਮਾਈ ਤੇਰੇ ਪੁੱਤ ਨੇ ਐਤਕੀ ਉਹ ਕਮਾਈ ਤਾਂ ਕਰਤੀ ਸੋਜੂਗਾ ਕੱਲ ਨੂੰ ਜੇ ਮੈਨੂੰ ਗੱਲਬਾਤ ਹੋ ਗਈ ਤੇ ਮੁੜ ਕੇ ਅੱਧ ਮੰਗ ਕੇ ਖੜ ਜੂਗਾ ਬਹੁਤ ਵੱਡੀ ਗਲਤੀ ਕਰੀ ਤੂੰ ਆਪਾਂ ਕਿਹੜਾ ਬਾਪੂ ਨੂੰ ਦੱਸਣਾ ਉਹ ਦੱਸਣਾ ਦੁੱਸਣਾ ਨੀ ਬਾਅਦ ਬੋਲਣ ਲੱਗ ਜਾਂਦੀ ਚੀਜ਼ ਪੈਂਦੀ ਹੁੰਦੀ ਹੈ ਮੈਨੂੰ ਪਤਾ ਗਾ ਮੁੜ ਇਹ ਤਾਂ ਬਾਪੂ ਕਰਵਾ ਲਾਂਗੇ ਸੈੱਟ ਤੂੰ ਘਰ ਦੇਖ ਸੋਹਣਾ ਆਪਣਾ ਘਰ ਤਾਂ ਠੀਕ ਹੈ ਘਰ ਤਾਂ ਮੈਂ ਦੇਖ ਰਿਹਾ ਕੋਈ ਗੱਲ ਨੀ ਆਹ ਤਾਂ ਚੱਲ ਚੰਗਾ ਵਧੀਆ ਕਰਿਆ ਇੱਕ ਪਾਸੇ ਵਧੀਆ ਹੋ ਗਿਆ ਉੱਧਰ ਉਹ ਹੋ ਗਿਆ ਉਹਨੇ ਦੱਸ ਚੱਲ ਉਹ ਤਾਂ ਜਿਹੋ ਜਿਹਾ ਹੈਗਾ ਹੈਗਾ ਮੈਨੂੰ ਤਾਂ ਉਹਦਾ ਲੱਗੀ ਜਾਂਦਾ ਗਾ ਵੀ ਪਰਵੀਨ ਦਾ ਉਹ ਕਿੱਥੇ ਜਾਊ ਜਾਣੀ ਨਾਲ ਉਹਦੇ ਕੋਈ ਨਾ ਬਾਪੂ ਉਹ ਪੁਰਾਣਾ ਘਰ ਆਪਾਂ ਕਿਹੜਾ ਵੇਚਿਆ ਗਾ ਉੱਧਰ ਰਹਿ ਲੈਣਗੇ ਉਹਦੇ ਮਾਰੇ ਉਹ ਵੀ ਚੰਨੀ ਨੂੰ ਤਾਂ ਕੋਈ ਨੀ ਮੂੰਹ ਲਾਉਂਦਾ ਹੁਣ ਚਲੋ ਉਸੇ ਦੀ ਹੈ ਮੈਨੂੰ ਤਾਂ ਵੀ ਚੱਲ ਚੱਲ ਕਿੰਨੇ ਪੈਸੇ ਲੈ ਲਏ ਬਾਪੂ ਨੇ ਉਹ ਉਹ ਪਤਾ ਨਹੀਂ ਮੈਂ ਤਾਂ ਪੁੱਛਿਆ ਵੀ ਨਹੀਂ ਕਿੰਨੇ ਪੈਸੇ ਲੈ ਦੇ ਨਾ ਰਾਜੇ ਰੌਲੇ ਚ ਹੀ ਰਹਿ ਗਿਆ ਆਹੀਂ ਮੈਂ ਤਾਂ ਨੌ ਤੋਂ ਕਹਿੰਦਾ ਸੀਗਾ ਮੈਂ ਇਹਨੂੰ ਪੁੱਛਦਾ ਕਿੰਨੇ ਪੈਸੇ ਦੇ ਕੇ ਉਹਨੂੰ ਚੱਲ ਉਹ ਤਾਂ ਭਰ ਦਿਆਂਗਾ ਉਹ ਹੋਰ ਕੀ ਆ ਉਹ ਮੇਰੇ ਆ ਜਿਹੜੀ ਐਫਡੀ ਚ ਪਈ ਉਹ ਤੋੜਾ ਦੂੰਗਾ ਕਿਸੇ ਨੂੰ ਦੱਸਿਆ ਨਹੀਂ ਸੀਗਾ ਮੈਂ ਚੱਲ ਨਹੀਂ ਉਹ ਭਰ ਦਿਆਂਗੇ ਕਿੰਨਾ ਕੁ ਟਾਈਮ ਕਰੀ ਜਾਓਗੇ ਬਾਪੂ ਉਹ ਉਹਦੇ ਮਾਰੇ ਨਹੀਂ ਕਰਦੇ ਪੁੱਤਾ ਪ੍ਰਵੀਨ ਮਾਰੇ ਕਰਦੇ ਆ ਚੱਲ ਹੁਣ ਤਾਂ ਵਿਆਹ ਕੇ ਲਿਆਂਦਾ ਸੀ ਉਹ ਤਾਂ ਆਪਦੀ ਉਹ ਕਿਹੜਾ ਕਿਸੇ ਦੀ ਆ ਉਹਦੇ ਨਾਲ ਤਾਂ ਖੜਨਾ ਫੂ ਇਹ ਤਾਂ ਹੁਣ ਕਰਾਇਆ ਤੇ ਧੱਕੇ ਖਵਾਊਗਾ ਕਿੱਥੇ ਨਾਲ ਧੱਕੇ ਖਾਂਦੇ ਫਿਰੂ ਉਹ ਸਹੀ ਗੱਲ ਆ ਬਾਪੂ ਆਪਾਂ ਤਾਂ ਉਹਦੇ ਮਾਰੇ ਕਹਿਣਾ ਤਾਂ ਸੋਚ ਲਾਂਗੇ ਬਾਪੂ ਤੈਨੂੰ ਇੱਕ ਗੱਲ ਪੁੱਛਾਂ ਮੈਂ ਜਿੰਨੇ ਵਾਰੀ ਵੀ ਸਾਡਾ ਨਵੇੜਾ ਹੋਇਆ ਹਰੇਕ ਗੱਲ ਤੇ ਕਹਿ ਦਿੰਦਾ ਵੱਸਦੇ ਰਹੋ ਜੁੜ ਜਾਓ ਇਹਦਾ ਕੀ ਮਤਲਬ ਆ ਸਾਨੂੰ ਤਾਂ ਕਦੋਂ ਇਹ ਕਹਿ ਦਿੰਦਾ ਹੁੰਦਾ ਵੀ ਜੁੜ ਜਾਓ ਕੋਈ ਤਾਂ ਜਵਾਕ ਨੂੰ ਆਪਦੇ ਨੂੰ ਉਹੀ ਨਹੀਂ ਕਹਿੰਦਾ ਨਾਲੇ ਤੂੰ ਤਾਂ ਇੰਨਾ ਪਿਆਰ ਕਰਦਾ ਸਾਨੂੰ ਉਹ ਪੁੱਤ ਕਰਦਾ ਤਾਂ ਹੈਗਾ ਉਹ ਵੱਸਦਾ ਤਾਂ ਮੈਂ ਉਹਨੂੰ ਕਹਿਣਾ ਹੁੰਦਾ ਵੀ ਵੱਸਦਾ ਰਹੇ ਉਹਨੂੰ ਤਾਂ ਮੈਂ ਤਾਂ ਕਹਿਣਾ ਹੁੰਦਾ ਵੀ ਵੱਸਦਾ ਰਹੇ ਉਹ ਤਾਂ ਇੱਥੇ ਹੀ ਲੋਟ ਹੈਗਾ ਤੈਨੂੰ ਤਾਂ ਕਹਿਣਾ ਹੁੰਦਾ ਵੀ ਉੱਜੜ ਜਾ ਵੀ ਜੇ ਤੂੰ ਹੋਰ ਪਾਸੇ ਵੀ ਜਾਏਗਾ ਹੋਰ ਪਿੰਡ ਜਾਏਗਾ ਹੋਰ ਸ਼ਹਿਰ 'ਚ ਜਾਏਗਾ ਜਾ ਕੇ ਚੰਗਾ ਕੰਮ ਹੀ ਕਰੇਗਾ ਮਾੜਾ ਨਹੀਂ ਕਰਦਾ ਠੀਕ ਹੈ ਗੱਲ ਆ ਸਹੀ ਗੱਲ ਜਿਹੜਾ ਚੰਗਾ ਬੰਦਾ ਹੁੰਦਾ ਉਹ ਤਾਂ ਚੰਗਾ ਕੰਮ ਹੀ ਕਰਦਾ ਹੁੰਦਾ ਉਹਨੂੰ ਤਾਂ ਕਹਿਣਾ ਉੱਜੜ ਜਾ ਜੇ ਮੈਂ ਉਹਨੂੰ ਕਹਿੰਦਾ ਉੱਜੜ ਜਾ ਉਹ ਜਾ ਕੇ ਜਿਹੀ ਉਹਨੇ ਇੱਥੇ ਪੱਧਰਕਾਰੀ ਕਰਤੀ ਉਹ ਗਾਹਾਂ ਕਰ ਦਿੰਦਾ ਸਹੀ ਗੱਲ ਆ ਇਹ ਆਪਣੇ ਗੁਰੂ ਨਾਨਕ ਨੇ ਕਿਹਾ ਸੀਗਾ ਠੀਕ ਆ ਹਾਂ ਬਾਪੂ ਆ ਗਈ ਮੇਰੇ ਕਹਾਵਤ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਬਸਦੇ ਰਹੋ ਉੱਜੜ ਜੋ ਉੱਜੜ ਜੋ ਚੰਗੇ ਬੰਦੇ ਨੂੰ ਤਾਂ ਉਹਨੇ ਕਿਹਾ ਸੀ ਉੱਜੜ ਜੋ ਵੀ ਚੰਗਿਆਈ ਖੰਡਾਊਗਾ ਇਹ ਬਾਹਰ ਜਾ ਕੇ ਤੇ ਉਹਨੂੰ ਮੈਂ ਤਾਂ ਕਹਿਣਾ ਨਾ ਜੇ ਉਹ ਇਹ ਜੇ ਬਾਹਰ ਵਗ ਗਏ ਤੈਨੂੰ ਪਤਾ ਹੀ ਹੈ ਕੀ ਕਰੂਗਾ ਉਹਦਾ ਦਾਰੂ ਪੀਂਦਾ ਜਾ ਕੇ 10 ਬੰਦੇ ਨੂੰ ਹੋਰ ਪੀਣ ਲਾ ਦੂਗਾ ਤੂੰ ਹੁਣ ਦਿਨ ਰਾਤ ਮਿਹਨਤ ਕਰਦਾ ਤੇ ਜਾ ਕੇ 10 ਬੰਦਿਆਂ ਨੂੰ ਕੰਮ ਤੇ ਲਾਏਗਾ ਮੈਂ ਫਿਰ ਤੂੰ ਦੱਸ ਉਹਨੇ ਕੁਝ ਬੋਲੀ ਜੀ ਉਹਨੇ ਕੀ ਬੋਲਣਾ ਹੈ ਕੁਝ ਨਹੀਂ ਬੋਲਦੀ ਉਹ ਤਾਂ ਮੱਛਾ ਤੈਨੂੰ ਪਤਾ ਤਾਂ ਹੈਗਾ ਉਹਦਾ ਅਸਲ ਵਿੱਚ ਬੇਬੇ ਦੇ ਲਾਡ ਪਿਆਰ ਨਹੀਂ ਚੱਲ ਕੋਈ ਨਾ ਬਾਪੂ ਤੂੰ ਵੀ ਦੱਸੀ ਆੜਤੀਆਂ ਨਾਲ ਆਪਣੀ ਵਧੀਆ ਬਣਨ ਲੱਗ ਗਈ ਕਿੰਨੇ ਰੁਪਿਆ ਜਾ ਉਹਨੇ 5-4 ਲੱਖ ਦੀ ਮਾਰੀ ਹੋਊਗਾ ਉਹ ਵੇਚਿਆ ਉਹ ਆਪਾਂ ਵਾਪਸ ਦੇ ਕੇ ਆਦੇ ਨਾ ਕਰਵਾ ਲਈ ਕਿਹਨਾਂ ਤੇ ਚਲੋ ਆ ਜਾ ਬਾਪੂ ਘਰ ਦੇਖ ਲਓ ਨਾਲੇ ਤੂੰ ਮਿੱਠਾ ਕਰਾਈ ਅੱਜ ਮੂੰਹ ਤਾਂ ਮਿੱਠਾ ਹੀ ਹੈ ਬੱਤਾ ਜਦੋਂ ਜਿਹੜਾ ਬਗੀ ਚੰਗਾ ਕੰਮ ਕਰਦਾ ਉਹ ਤਾਂ ਚੰਗਾ ਹੀ ਕਿਹਾ ਜਾਓ ਜਦੋਂ ਸਲਾਗ ਜਿਹੜੇ ਮਾੜਾ ਕੰਮ ਕਰਦੇ ਆ ਉਦੋਂ ਦੁੱਖ ਆਉਂਦਾ ਉਹਨੇ ਜ਼ਿੰਦਗੀ 'ਚ ਚੰਗਾ ਕੰਮ ਕੋਈ ਕੀਤਾ ਹੀ ਨੀਗਾ ਜਿਹਨੇ ਦਿੱਤੇ ਆ ਦੁੱਖ ਹੀ ਦਿੱਤੇ ਆ ਉਹ ਜਿਹੜੇ 2 ਕਿੱਲੇ ਰਹਿ ਗਏ ਨਾ ਜ਼ਮੀਨ ਦੇ ਚੰਗਾ ਹੋ ਗਿਆ ਸ਼ੁਕਰ ਆ ਉਹ ਕੁੜੀ ਦੇ ਨਾਂ ਸੀ ਤਾਂ ਹੀ ਰਹਿ ਗਏ ਯਾਨੀ ਉਹ ਵੀ ਵੇਚ ਕੇ ਖਾ ਜਾਂਦਾ ਤਾਂ ਕੁੜੀ ਸਿਆਣੀ ਸੀ ਜਿਹੜੀ ਆਪਦੇ ਨੌਕਰ ਆ ਗਈ ਪ੍ਰਵੀਨ ਵਾਹਣ ਉਹ ਤਾਂ ਬਚ ਗਿਆ ਜਿਹੜਾ ਉਹਦੇ ਨਾਂ ਸੀਗਾ ਉਹ ਸਾਰੇ ਹੀ ਖਾ ਗਿਆ ਸਤਿ ਸ਼੍ਰੀ ਅਕਾਲ ਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟੇ ਹੋ ਅਤੇ ਵੀਡੀਓ ਵਿੱਚ ਤੁਸੀਂ ਸਾਨੂੰ ਦੱਸੋਗੇ ਵੀ ਕਿੱਦਾਂ ਦੀ ਬਣੀ ਆ ਇੱਕ ਸਾਨੂੰ ਇਹ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਆ ਜਿਹੜੀ ਕਿਹੋ ਜਿਹੀ ਚਾਹੀਦੀ ਆ ਆਪਾਂ ਉਹੀ ਜਿਹੀ ਬਣਾ ਲਿਆ ਕਰਾਂਗੇ
वैसे असं परिवारक वीडियो बनाने होंगे जे कई बार अगले चाहिए अगला कहना जरा नाल मसाला तो लाने नहीं बिल्कुल जो लाना से वह भी ला दिया करा तड़का भी अभी ला दिया करा बारे कह देंगे जरा कि गुरु पाई जाते हैं तुम सू कमेंटा च दस्यो असं जे जी तुम कहो जे हाथी मखौल वाले चाहिए वह भी पा सकते हैं जे परिवारक तो असं पाने पाने वैसे क्यों जिन्हें भी बंदे साढ़े जुड़े हुए सारे परिवारक ही पाने साढ़े कई चैनल हो चार पाँच हो गए तो नाल भी चैनल अपने तो बैठे असं परिवारक वीडियो ही पाने तो परिवारक हकदार हाँ जो असं हाथ सफेट वाली तुम कहो आप जरूर पाया करा तो सानू सहयोग जरूर चाहिए तो अपनी वीडियो तो थोड़ा पता ही है भी आँदी है तो वीडियो लाइक तो कमेंट तो शेयर जरूर करो तो थोड़ा बहुत बहुत धन्यवाद अगे जो थोड़ू वीडियो हम ये देख ही लेती तुम तो अगली वीडियो अपनी जल्दी आ रही है तो दिन में थाम के जरूर देखो तो आने वाले समय में तुम सू सुझाव जरूर दो भी कि वीडियो चाहिए नॉर्मल सीरियर फोर्ड मान के गल मेरा कहने का मतलब भी सूँ अंजामी नेशन में सू जरूर दया करो भी धार्मिक चाहिए जैसे बाबे गुरु नानक ने कहा उन्होंने धर्म के चलने वाले गुरु महाराज चलने वाला एक सच मैं सूँ बैंक जरूर कहना भी अजक काम बहुत चलते हैं भी थोड़ा टाइम कट के दो मिनट चार मिनट कट के परमात्मा का नाम जरूर लिया करो क्योंकि जे आप परमात्मा ना लवेंगे अपने नाल यही जाऊ हो कुछ नहीं जाता भावें पांच मिनट लै गो पांच मिनट सुबह पांच मिनट शाम भावें वैखरू वैखरू कल करो पांच मिनट टाइम कढ़ के बस इन्ना जरूर कहूँगा जो कोई गलत बोलिया हो कई बार अगला कहता यार भगाई मारी जाता अजी खेमा के जा चुका पर एक गल सू कहनी पैंती है तो आप जी का बहुत बहुत धन्यवाद जिन्होंने चंगा कर लाइक कमेंट शेयर करो जिन्होंने भाई ना लग्या तो दो गाला कढ़ के चुप कर जो वाहेगुरू जी का खालसा वाहेगुरू जी की फतेह।